हेलो सलाम नमस्ते एंड सत श्री अकाल। मैं हाँ थोड़ी होस्ट ते दोस्त मोनी गिल। सत श्री अकाल, नमस्कार, अस्सलाम वालेकुम। मैं हाँ कुलदीप गिल ते तुसी देख रहे हो जस्ट चिल विद मिस्टर एंड मिसेस गिल। लो जी, अज दा प्रोग्राम बहुत खास है साडे लिए, स्पेशली मेरे वास्ते, क्योंकि परिवार दा एक होर मैंबर तुहाडे नाल सांझा करना जा रही हां, जिहड़ा कि सिर्फ परिवार दा हिस्सा ही नहीं, पंजाब दी आन बान शान है। स्पेशली अगर वो गर्ल पावर होवे ते बड़ी वड्डी गल है, क्योंकि कुड़ियां बहुत घट मौका मिलता कुड़ियां नू रिप्रेजेंट करन दा। एंड शी इज़ ब्यूटिफुल एंड वेरी बुलंद एंड स्ट्रोंग वॉइस। ज़्यादा देर ना लाते हुए कुलदीप गिल शामिल करिए उन्होंने अपने नाल। श्योर। चलो जी, जैसमिन अख्तर दा सी स्वागत करते हैं। सत श्री अकाल जैसमिन जी, की हाल चाल ने? सत श्री अकाल जी। हाँ जी, हाँ जी, बहुत वधिया। जस्ट चल प्रोग्राम माई टीवी देख रहे जिन्हें भी व्यूवर्स ने, सारे नू मेरे वालों सलाम अदाब नमस्कार। सो जैसमिन जी, अजकल लॉकडाउन दे विच बड़ी एक्सरसाइज चल रही है, मैं देख रही हूँ थानू स्नैपचैट फॉलो कर दी थोड़ी। बिल्कुल जी, फिटनेस का पूरा ख्याल रखा जा रहा है, क्योंकि हुण लॉकडाउन दे विच बैठ के जे घरे सिर्फ खाई गए तो बहुत मोटे। बिल्कुल बिल्कुल। सो जिहड़े बंदे स्नैपचैट ते नहीं फॉलो कर रहे, इन्हां नू स्नैपचैट ते फॉलो करो, ते स्नैपचैट ते भी नाम भी इन्हां दा जैसमिन अख्तर ही है, राइट? कवारी है जी, ओ तो शी कैन सिंग, शी कैन डांस, शी कैन यू नो एक्सरसाइज, शी इज़ अ वेरी गुड हाउस चोर जिन्हों कह, अजकल घर के काम भी बहुत अच्छे कर रही है, ते जड़ी का वाइफ वाइफ चिक क्वालिटीज होनी चाहिए, वो सब एदे विच है ने। कह सकदे कि शी इज अ सुपर वूमन, है ना, पंजाब दी सुपर वूमन है साडी। थैंक यू सो मच, थैंक यू पाजी। एदे च बहुत वड्डा हाथ है इन्हां दी मम्मी दा भी जांदा है, क्योंकि नहीं नहीं हुण तुसीं किरिस्तान दस रहे हो कि तुसीं मैरिज ब्यूरो खोलो ना तुसीं नाल की करिए, लोकां दे घर वी ते वसाणे आ पा। नहीं सानूं इह कि दस रहे हो ना मेरे बारे, ਤੁਹਾਡੇ ਘਰ ਦੀ ਇੱਕ ਧੀ ਤਾਂ ਸਾਡੇ ਘਰ ਆ ਚੁੱਕੀ ਹੈ ਗੁਰਲੇਜ਼ ਅਖਤਰ, ਤੇ ਸਾਨੂੰ ਇਹ ਕਿ ਸਾਡਾ ਹੋਰ ਕੋਈ ਮੁੰਡਾ ਕੁਵਾਰਾ ਬਚਿਆ ਹੀ ਨਹੀਂ ਹੈ ਕਿ ਅਸੀਂ ਤੈਨੂੰ ਵੀ ਲਿਆਈਏ। ਠੀਕ ਹੈ ਠੀਕ ਹੈ, ਚਲੋ ਪਤਾ ਨਹੀਂ ਕਿਹਦੇ ਭਾਗ ਖੁੱਲਣੇ ਆ, ਇਹ ਤੇ ਵਕਤ ਹੀ ਦੱਸੂਗਾ ਹੁਣ। ਹਾਂਜੀ, ਸੋ ਜੈਸਮੀਨ ਜਿਹੜੀ ਸਾਡੀ, ਬਿਲਕੁਲ ਵਕਤ ਦੱਸੇਗਾ, ਸਾਡੀ ਜਿਹੜੀ ਆਡੀਅੰਸ ਹੈ, ਕਿਉਂਕਿ ਆਪਾਂ ਤਾਂ ਇਹ ਪਰਸਨਲ ਕਾਫੀ ਗੱਲਾਂ ਮਾਰਦੇ ਰਹੀਦਾ, ਉਹਦਾ ਜਿਹੜੀ ਸਾਡੀ ਆਡੀਅੰਸ ਹੈ ਉਹਨਾਂ ਨੂੰ ਦੱਸ ਦਈਏ ਕਿ ਜੈਸਮਿਨ ਅਖਤਰ ਜੀ ਸਿੰਗਿੰਗ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਜੀ, ਇਹਨਾਂ ਦੇ ਫਾਦਰ, ਉਹਨਾਂ ਦਾ, ਇਹਨਾਂ ਦੀ ਸਿਸਟਰ, ਇਹਨਾਂ ਦੇ ਬ੍ਰਦਰਸ ਸਾਰੇ ਗਾਉਂਦੇ ਆ। ਮੈਂ ਰਾਣੀ ਆਂਟੀ ਨੂੰ ਗਾਉਂਦੇ ਨਹੀਂ ਸੁਣਿਆ, ਮੈਨੂੰ ਲੱਗਦਾ ਹੈ ਕਿ ਉਹ ਵੀ ਬਹੁਤ ਅੱਛਾ ਗਾਉਂਦੇ ਹੋਣਗੇ, ਜਿਹੜਾ ਕਿ ਇਹਨਾਂ ਦੇ ਮੰਮੀ ਨੇ। ਅਤੇ ਗਾਇਕੀ ਤੁਸੀਂ ਕਿੱਦਾਂ ਸਿੱਖੀ? ਗਾਇਕੀ ਜਿੱਦਾਂ ਤੁਸੀਂ ਵਾਕਈ ਸੱਚ ਕਿਹਾ ਕਿ ਮੈਂ ਇੱਕ ਸਿੰਗਿੰਗ ਵਾਲਾ ਜਿਹੜਾ ਪਰਿਵਾਰ ਆ, ਆਰਟਿਸਟ ਮਾਹੌਲ ਘਰ ਦੇ ਵਿੱਚ, ਘਰਾਣਾ ਗਾਇਕੀ ਆਪਣੀ, ਹੈ ਨਾ, ਸੋ ਪਰਿਵਾਰ ਦੇ ਵਿੱਚੋਂ ਹੀ ਸਿੱਖੀ ਹੈ, ਮਾਹੌਲ ਸੀਗਾ ਘਰ ਦੇ ਵਿੱਚ ਸ਼ੁਰੂਆਤ ਤੋਂ ਹੀ। ਵੱਡੀ ਸਿਸਟਰ ਗੁਰਲੇਜ਼ ਅਖਤਰ ਸਭ ਤੋਂ ਪਹਿਲਾਂ ਉਹਨਾਂ ਨੇ ਸਟਾਰਟ ਕੀਤਾ, ਉਸ ਤੋਂ ਮਤਲਬ ਸਾਡੀ ਜਨਰੇਸ਼ਨ ਵਿੱਚ, ਉਦੋਂ ਦੀਦੀ ਨੇ ਸਟਾਰਟ ਕੀਤਾ, ਉਸ ਤੋਂ ਪਹਿਲਾਂ ਦਾਦਾ ਜੀ ਹੁਣੀ ਗਾਉਂਦੇ ਸੀਗੇ, ਉਦੋਂ ਢਾਡੀ ਜੱਥੇ ਦਾ ਰਿਵਾਜ਼ ਸੀਗਾ, ਉਦੋਂ ਢਾਡੀ ਜੱਥਾ ਗਾਉਂਦੇ ਸੀ, ਫਿਰ ਉਸ ਤੋਂ ਬਾਅਦ ਦਿਲਸ਼ਾਦ ਅਖਤਰ, ਬ੍ਰਦਰ ਮਨਪ੍ਰੀਤ ਅਖਤਰ ਦੀਦੀ ਦੀਦੀ ਔਰ ਅਖਤਰ ਫੈਮਿਲੀ ਜਿੰਨੀ ਵੀ, ਬਹੁਤ ਸਾਰੇ ਆਰਟਿਸਟ ਜਿਹਨਾਂ ਨੂੰ ਬਹੁਤ ਸਾਰਾ ਪਿਆਰ ਆਡੀਅੰਸ ਵੱਲੋਂ ਮਿਲਿਆ, ਸੋ ਉਹਨਾਂ ਨੂੰ ਦੇਖ ਦੇਖ ਕੇ, ਉਸ ਤੋਂ ਬਾਅਦ ਦੀਦੀ ਨੂੰ ਦੇਖ ਦੇਖ ਕੇ, ਪਹਿਲਾਂ ਪ੍ਰੋਫੈਸ਼ਨਲ ਹੀ ਨਹੀਂ ਸੀ ਹੋਣ ਦਾ ਮਨ, ਬਟ ਹੌਲੀ ਹੌਲੀ ਜਦੋਂ ਮਾਹੌਲ ਦੇਖਦੇ ਗਏ ਤਾਂ ਅਬਜ਼ਰਵ ਕਰਦੇ ਗਏ, ਫਿਰ ਉਸ ਤੋਂ ਬਾਅਦ ਸੋਚਿਆ ਕਿ ਚਲੋ ਹੁਣ ਆਪਾਂ ਵੀ ਟਰਾਈ ਕਰਦੇ ਹਾਂ। ਹਾਂਜੀ, ਅੱਛੀ ਗੱਲ ਹੈ, ਔਰ ਆਈ ਐਮ ਗਲੈਡ ਕਿ ਤੁਸੀਂ ਟਰਾਈ ਕੀਤਾ, ਕਿਉਂਕਿ ਪਹਿਲੇ ਜ਼ਮਾਨੇ 'ਚ ਔਰ ਹੁਣ ਦੇ ਜ਼ਮਾਨੇ 'ਚ ਬੜਾ ਫਰਕ ਹੈ। ਹੁਣ ਅੱਜ ਕੱਲ੍ਹ ਕੁੜੀਆਂ ਨੂੰ ਅੱਛਾ ਨਜ਼ਰੀਏ ਨਾਲ ਹੀ ਦੇਖਦੇ ਨੇ, ਇੱਕ ਆਰਟਿਸਟ ਵਾਂਗੂ ਹੀ ਦੇਖਦੇ ਨੇ, ਨਹੀਂ ਤਾਂ ਪਹਿਲਾਂ ਟਾਈਮ ਦੇ ਵਿੱਚ ਡਰ ਲੱਗਦਾ ਹੁੰਦਾ ਸੀ ਕਿ ਕਿਸ ਤਰ੍ਹਾਂ ਰਿਐਕਸ਼ਨ ਮਿਲੇਗਾ ਪਬਲਿਕ ਦਾ, ਉਹ ਵੀ ਕੁੜੀ ਸੋਹਣੀ ਹੋਵੇ, ਤੇਰੇ ਵਰਗੀ ਫਿੱਟ ਹੋਵੇ, ਡਾਂਸ ਸੋਹਣਾ ਕਰਦੀ ਹੋਵੇ, ਪਾਉਂਦੀ ਗਾਉਂਦੀ ਅੱਛਾ ਹੋਵੇ, ਹੈ ਨਾ।
ਤੇ ਖਾਣਾ ਵੀ ਬਣਾਉਂਦੇ ਆ। ਕੁਲਦੀਪ ਜੀ ਤੁਸੀਂ ਸੱਚ ਖਾਣੇ ਤੇ ਕਿਹਾ ਟਿੱਕੀ ਹੈ। ਕਿਉਂਕਿ ਪਹਿਲੇ ਜ਼ਮਾਨੇ ਵਿੱਚ ਬਹੁਤ ਮੁਸ਼ਕਲ ਸੀਗਾ ਕੁੜੀਆਂ ਨੂੰ ਅੱਗੇ ਆਉਣਾ, ਚਾਹੇ ਕੋਈ ਵੀ ਫੀਲਡ ਆ, ਛੇਤੀ ਅਲਾਉ ਨਹੀਂ ਸੀ ਕਰਦੇ ਪੇਰੈਂਟਸ, ਕੁਛ ਦੁਨੀਆਦਾਰੀ ਲੈ ਲਓ ਉਹਦੇ ਕਰਕੇ, ਹਨਾ। ਤੇ ਪਰ ਅੱਜ ਕੱਲ ਤਾਂ ਬਹੁਤ ਸਾਰੇ ਫੈਮਿਲੀਜ਼ ਨੇ, ਜਿੱਦਾਂ ਪੇਰੈਂਟਸ ਵੀ ਸਪੋਰਟ ਕਰਦੇ ਆ ਬੱਚਿਆਂ ਨੂੰ, ਤੁਸੀਂ ਅੱਗੇ ਵਧੋ ਜਿਹੜਾ ਵੀ ਤੁਹਾਡਾ ਫੀਲਡ ਆ, ਹਨਾ, ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਆ ਸਪੋਰਟ ਕਰਦੇ ਆ। ਚੰਗੀ ਗੱਲ। ਮੈਂ ਪੁੱਛਣ ਲੱਗਾ, ਮੈਂ ਇਹੀ ਕਹੂੰਗੀ ਕਿ ਜੇ ਹੋਰ ਵੀ ਲੜਕੀਆਂ ਦੇ ਵਿੱਚ ਹੁਨਰ ਹੈਗਾ ਤੇ ਉਹਨਾਂ ਦੇ ਪੇਰੈਂਟਸ ਸਪੋਰਟ ਕਰਨ, ਤਾਂ ਜੋ ਉਹਨਾਂ ਦੇ ਮਨ ਦੀਆਂ ਮਨਚੀ ਨੂੰ ਰਹਿ ਨਾ ਜਾਣ ਕਿ ਉਹ ਆਪਣੇ ਹਰੇਕ ਚਾਹ ਨੂੰ ਪੂਰਾ ਕਰ ਸਕਣ। ਹਾਂਜੀ, ਬਿਲਕੁਲ ਸਹੀ ਕਿਹਾ ਕਿ ਪੇਰੈਂਟਸ ਦੀ ਸਪੋਰਟ ਬਹੁਤ ਜ਼ਰੂਰੀ ਹੈ। ਜੇ ਪੇਰੈਂਟਸ ਹੋਣ ਉੱਪਰੋਂ ਕਈ ਵਾਰੀ ਨਾ ਭੈਣ ਭਰਾਵਾਂ ਦੀ ਸਪੋਰਟ ਵੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਤੁਹਾਡੀ ਫੈਮਿਲੀ, ਜਿਵੇਂ ਗੁਰਲੇਜ ਭਾਬੀ ਕਹਿੰਦੇ ਅਸੀਂ, ਤੇ ਸ਼ੀ ਇਜ਼ ਅ ਵੈਰੀ ਐਕਸਲੈਂਟ ਸਿੰਗਰ, ਪੰਜਾਬ ਦੀ ਨੰਬਰ 1 ਸਿੰਗਰ ਮੈਨੂੰ ਤਾਂ ਲੱਗਦਾ ਇਸ ਟਾਈਮ ਹੈਗੀ ਉਹ। ਅਤੇ ਪਲੱਸ ਤੁਹਾਡੇ ਬ੍ਰਦਰ ਜਿਹੜੇ ਨੇ ਉਹ ਵੀ ਬਹੁਤ ਅੱਛਾ ਗਾਉਂਦੇ ਨੇ। ਸੋ ਇੰਨੇ ਸਾਰੇ ਸਿੰਗਰਾਂ ਦੇ ਵਿੱਚ ਜਦੋਂ ਤੁਸੀਂ ਗਾਉਂਦੇ ਹੋ ਤਾਂ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ, ਮਤਲਬ ਕੀ ਸਪੋਰਟਿਵ ਹੁੰਦਾ ਹੈ ਜਾਂ ਕਿਹੋ ਜਿਹਾ ਰਿਐਕਸ਼ਨ ਹੁੰਦਾ ਉਹਨਾਂ ਦਾ? ਬਿਲਕੁਲ ਜੀ, ਸਾਰੇ ਵੈਸੇ ਸਪੋਰਟਿਵ ਨੇ, ਬ੍ਰਦਰ ਸਿਸਟਰ, ਅਸੀਂ ਸਾਰੇ ਇੱਕ ਦੂਜੇ ਨੂੰ ਸਪੋਰਟ ਕਰਦੇ ਹਾਂ ਔਰ ਪਿਆਰ ਵੀ ਆ ਫੈਮਿਲੀ ਦੇ ਵਿੱਚ ਸਾਰੇ ਜਣੇ। ਜਦੋਂ ਅਸੀਂ ਕਈ ਵਾਰੀ ਕੋਈ ਨਵੀਂ ਚੀਜ਼ ਵੀ ਸੁਣਦੇ ਹਾਂ ਤਾਂ ਜਿੰਨਾ ਚਿਰ ਸਾਰੇ ਜਣੇ ਨੂੰ ਤਿਆਰ ਨਾ ਹੋ ਜਾਏ ਉਹ ਚੀਜ਼ ਨੂੰ, ਉਨਾ ਚਿਰ ਗਾਈਦਾ, ਹਨਾ। ਸੋ ਸਾਰੇ ਜਣੇ ਸਪੋਰਟ ਕਰਦੇ ਆ। ਦੀਦੀ ਨੇ ਸਾਡੇ ਗੁਰੂ ਤਾਂ ਬੜੀ ਮਿਹਨਤ ਲੱਗੇ ਹੋਏ ਕਰਨ, ਸੋ ਸਾਰਿਆਂ ਦੀ ਸਪੋਰਟ ਹੈ, ਮਦਰ ਦੀ ਬਹੁਤ ਸਪੋਰਟ ਹੈ। ਉਹ ਮੈਂ ਦੇਖਿਆ ਕਿ ਮੈਂ ਆਫਟਰ ਪਲੱਸ 2 ਮੈਂ ਸਟਾਰਟ ਕੀਤਾ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਸ਼ੋਅ ਹੈ ਜਾਂ ਕੋਈ ਰਿਕਾਰਡਿੰਗ ਆ, ਕਿਤੇ ਵੀ ਜਾਣਾ ਮੰਮਾ ਮਤਲਬ ਹਰ ਥਾਂ ਮੇਰੇ ਨਾਲ ਹੀ ਜਾਂਦੇ ਨੇ। ਸੋ ਮੰਮਾ ਦੀ ਬੜੀ ਸਪੋਰਟ ਸ਼ੁਰੂ ਤੋਂ ਲੈ ਕੇ ਹੁਣ ਤੱਕ। ਸੋ ਤੁਸੀਂ ਕਿ ਪਲੱਸ 2 ਯਾਨੀ ਕੁੜੀ ਪੜ੍ਹੀ ਲਿਖੀ ਵੀ ਹੈ, ਇਹ ਵੀ ਇੱਕ ਐਡ ਹੋ ਗਿਆ ਵਿੱਚ, ਹਨਾ। ਆਫਟਰ ਪਲੱਸ 2 ਮੈਂ ਸਟਾਰਟ ਕੀਤਾ ਸੀ, ਬਟ ਫਿਰ ਉਸ ਤੋਂ ਬਾਅਦ ਐਮਏ ਵੀ ਕੀਤੀ। ਹਾਂਜੀ, ਅੱਛਾ, ਚਲੋ, ਵੈਰੀ ਗੁੱਡ। ਬੀਐਡ ਸਟਾਰਟ ਕੀਤੀ ਸੀ, ਫਿਰ ਉਹ ਡ੍ਰੌਪ ਕਰਨੀ ਪਈ ਮੈਨੂੰ, ਤੇ ਤੁਹਾਨੂੰ ਪਤਾ ਹੀ ਆ ਕੁਛ ਪ੍ਰੋਫੈਸ਼ਨਲੀ ਫਿਰ ਜਦੋਂ ਆਪਾਂ ਹੋ ਜਾਂਦੇ ਫਿਰ ਥੋੜਾ ਜਿਹਾ ਔਖਾ ਲੱਗਦਾ। ਸੋ ਐਮਏ ਮਿਊਜ਼ਿਕ ਕੀਤੀ ਹੈ। ਸੋ ਜਦੋਂ ਪਹਿਲਾ ਗਾਣਾ ਸ਼ੁਰੂਆਤ ਕੀਤਾ ਤਾਂ ਤੁਹਾਡਾ ਡੁਐਟ ਸੌਂਗ ਸੀਗੇ ਪਹਿਲੇ ਤੇ ਸ਼ੁਰੂਆਤ ਦੇ ਦੌਰ 'ਚ, ਤੇ ਉਸ ਗਾਣੇ ਨੂੰ ਪਿਆਰ ਵੀ ਬਹੁਤ ਮਿਲਿਆ, ਤੇ ਸਕੂਲ ਔਰ ਕਾਲਜ 'ਚ ਇੱਦਾਂ ਨਹੀਂ ਹੋਇਆ ਕਿ ਹਾਏ ਮੈਂ ਤਾਂ ਹੁਣ ਸਟਾਰ ਬਣ ਗਈ ਤੇ ਚਲੋ ਹੁਣ ਮੈਨੂੰ ਸਲੂਟਾਂ ਮਾਰੋ, ਜਾਂ ਏਦਾਂ ਭਾਓ ਖਾਧਾ, ਏਦਾਂ ਕੋਈ ਐਟੀਟਿਊਡ ਏਦਾਂ ਦਾ ਆਇਆ? ਨਹੀਂ, ਭਾਓ ਕੋਈ ਨਹੀਂ ਖਾਧਾ ਹੁਣ ਤੱਕ ਵੀ ਕਾਲਜ, ਸਗੋਂ ਉਹ ਸਫ਼ਰ ਬਹੁਤ ਵਧੀਆ ਰਿਹਾ, ਵਧੀਆ ਜਰਨੀ ਰਹੀ। ਜਦੋਂ ਅਸੀਂ ਕਾਲਜ ਜਾਂ ਸਕੂਲ ਤੋਂ ਬਾਅਦ ਮੈਂ ਕਾਲਜ ਸਟਾਰਟ ਕੀਤਾ, ਸੋ ਬਹੁਤ ਪਿਆਰ ਮਿਲਦਾ ਸੀਗਾ ਟੀਚਰਸ ਵੱਲੋਂ ਵੀ, ਸਟੂਡੈਂਟਸ ਵੱਲੋਂ ਵੀ, ਚਾਹੇ ਕੋਈ ਵੱਡੇ ਸੀ ਜਾਂ ਜੂਨੀਅਰ ਸੀ ਮੇਰੇ ਤੋਂ ਜਾਂ ਸੀਨੀਅਰ ਸੀ, ਸਾਰੇ ਬਹੁਤ ਪਿਆਰ ਕਰਦੇ ਸੀ, ਏਦਾਂ ਦੀ ਕੋਈ ਗੱਲ ਨਹੀਂ, ਅੱਜ ਤੱਕ ਵੀ ਯਾਦ ਕਰਦੇ ਆ। ਕੋਈ ਆਪਣੀ ਇਹ ਨਹੀਂ ਕਿ ਮੈਂ ਤਾਰੀਫ ਕਰੂੰਗੀ, ਪਰ ਇਕੱਠੇ ਰਹੇ ਉਹ ਵੀ ਯਾਦ ਕਰਦੇ ਆ ਕਿ ਤੁਹਾਡਾ ਨੇਚਰ ਨਾਈਸ ਆ ਜਾਂ ਤੁਸੀਂ ਵਧੀਆ, ਤੁਹਾਡੇ ਚ ਏਦਾਂ ਦੀ ਕੋਈ ਗੱਲਬਾਤ ਬਾਤ ਨਹੀਂ, ਉਹ ਚੀਜ਼ ਹਾਲੇ ਤੱਕ। ਐਕਚੁਲੀ ਇਸ ਚੀਜ਼ ਦੀ ਮੈਂ ਜ਼ਰੂਰ ਦਾਦ ਦੇਣਾ ਚਾਹਾਂਗੀ ਤੁਹਾਡੀ ਪੂਰੀ ਫੈਮਿਲੀ ਨੂੰ, ਔਰ ਇਹ 'ਚ ਤੁਹਾਡੀ ਮੰਮੀ ਨੂੰ ਅਗੈਨ ਹੱਥ ਜਾਂਦਾ ਪਰਵਰਿਸ਼ ਦਾ, ਕਿ ਤੁਸੀਂ ਦੋਨੋਂ ਭੈਣਾਂ, ਮੈਂ ਜ਼ਿਆਦਾ ਭੈਣਾਂ ਨਾਲ ਹੀ ਵਿਚਰੀ ਹਾਂ, ਅਤੇ ਨੇਚਰ ਦੀ ਬਹੁਤ ਅੱਛੀ ਹੋ। ਹਾਲਾਂਕਿ ਗੁਰਲੇਜ ਭਾਬੀ ਤਾਂ ਸਟਾਰ ਹੈ ਸਾਡੇ ਖਾਨਦਾਨ ਦੀ, ਆਨ ਬਾਨ ਸ਼ਾਨ ਹੈ, ਕੁਲਵਿੰਦਰ ਕੈਲੀ ਜੀ ਦੀ ਵਾਈਫ ਨੇ, ਮੇਰੇ ਕਜ਼ਨ ਦੀ, ਅਤੇ ਐਡੀ ਵੱਡੀ ਸਟਾਰ ਹੋ ਕੇ ਵੀ ਉਹ ਸ਼ੀ ਇਜ਼ ਡਾਊਨ ਟੂ ਅਰਥ ਐਂਡ ਸੇਮ ਟੂ ਯੂ ਗਾਇਸ। ਕਦੀ ਸਾਨੂੰ ਇੱਦਾਂ ਫੀਲ ਨਹੀਂ ਹੋਇਆ ਕਿ ਅਸੀਂ ਓਪਰੇ ਹਾਂ। ਅਤੇ ਹੁਣ ਇਹ ਦੱਸੋ ਕਿ ਆਉਣ ਵਾਲੇ ਕੀ ਪ੍ਰੋਜੈਕਟਸ ਨੇ? ਹੈਲੋ, ਮੈਨੂੰ ਲੱਗਦਾ ਜੀ ਕਾਲ ਫਰੀਜ਼ ਹੋਈ ਹੈ, ਮੀਨ ਟਾਈਮ ਅਸੀਂ ਕਾਲ ਦੁਬਾਰਾ ਲਾਉਂਦੇ ਹਾਂ। ਔਰ ਨਹੀਂ, ਆ ਗਈ ਆਵਾਜ਼, ਆ ਗਈ ਹੈ ਜੀ। ਦੇਖੋ ਜੀ, ਇੰਡੀਆ ਦਾ ਸਿਗਨਲ ਹੈ, ਸ਼ੁਕਰ ਕਰੋ ਬੱਤੀ ਨਹੀਂ ਗਈ, ਨਹੀਂ ਤਾਂ ਲਾਈਟ ਜਾਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਸਾਡੀ ਕੰਟਰੀਆਂ 'ਚ। ਚਲੋ ਜੀ, ਅਸੀਂ ਅੱਜ ਗੱਲ ਕਰ ਰਹੇ ਹਾਂ ਗੁਰਲੇਜ਼ ਅਖਤਰ ਦੀ ਛੋਟੀ ਸਿਸਟਰ, ਹਾਲਾਂਕਿ ਇਹਨਾਂ ਨੇ ਇਹ ਨਾਮ ਆਪ ਵੀ ਕਮਾਇਆ, ਜੈਸਮਿਨ ਅਖਤਰ। ਔਰ ਇਹ ਬੜੀ ਅੱਛੀ ਗੱਲ ਹੈ ਕਿ ਆਪਸ 'ਚ ਫੈਮਿਲੀ ਦਾ ਪਿਆਰ ਵੀ ਬਹੁਤ ਹੈ ਔਰ ਇੱਕ ਦੂਜੇ ਨੂੰ ਸਪੋਰਟ ਵੀ ਬਹੁਤ ਕਰਦੇ ਆ। ਫੋਨ ਅਸੀਂ ਦੁਬਾਰਾ ਲਾਉਂਦੇ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਡਿਸਕਨੈਕਟ ਹੋ ਗਿਆ। ਲੇਕਿਨ ਕੁਲਦੀਪ ਗਿੱਲ, ਜਿੰਨਾ ਕੁ ਤੁਸੀਂ ਅਬਜ਼ਰਵ ਕੀਤਾ, ਜਿੱਦਾਂ ਮੈਂ ਵੀਡੀਓ ਦਿਖਾਉਂਦੀ ਰਹਿੰਦੀ ਹਾਂ, ਸ਼ੀ ਇਜ਼ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ, ਸਪੈਸ਼ਲੀ ਘਰਾਂ ਦੇ, ਘਰ ਦੇ ਕੰਮਾਂ ਦੇ ਵਿੱਚ ਬੜੀ ਬਿਜ਼ੀ ਨੇ ਦੋਨੋਂ ਭੈਣਾਂ ਹੀ, ਬਹੁਤ ਮੈਂ ਕਹਾਂਗੀ ਅੱਛੀ। ਮੋਸਟ ਇੰਪੋਰਟੈਂਟ ਹੈ ਕਿ ਜਿਹੜੀ ਆਪਾਂ ਸ਼ੁਰੂ ਕੀਤੀ ਸੀ ਕਿ ਫੀਮੇਲ ਨੂੰ ਇਸ ਟਾਈਮ ਪੰਜਾਬ ਖਾਸ ਕਰਕੇ ਫੀਮੇਲ ਨੂੰ ਕਿੰਨੀ ਕੁ ਸਪੋਰਟ ਮਿਲਦੀ ਹੈ, ਔਰ ਜਦੋਂ ਤੁਹਾਡੇ ਪੇਰੈਂਟਸ, ਖਾਸ ਕਰਕੇ ਮਾਂ ਜਦੋਂ ਆਪਣੀ ਧੀਆਂ ਦੇ ਨਾਲ ਖੜੀ ਹੋ ਜਾਂਦੀ ਹੈ ਔਰ ਸਪੋਰਟ ਕਰਦੀ ਹੈ,
ਇਸ ਤੋਂ ਵੱਡੀ ਕੋਈ ਤਾਕਤ ਨਹੀਂ ਹੈਗੀ। ਬਿਲਕੁਲ, ਲਓ ਜੀ ਅਸੀਂ ਵਾਪਸ ਕਾਲ 'ਤੇ ਪਾਉਂਦੇ ਹਾਂ। ਕੈਮਰੇ ਨੂੰ ਤੁਹਾਨੂੰ ਔਨ ਕਰਨਾ ਪਏਗਾ ਜੈਸਮੀਨ। ਲੋਕਾਂ ਨੂੰ ਇਹ ਦੱਸਦੀ ਕਿ ਹਾਲੇ ਵੀ ਕੋਵਿਡ ਚੱਲ ਰਿਹਾ ਹੈ। ਓਕੇ, ਅਤੇ ਉਹਦੀ ਸਕਰੀਨ ਤੁਸੀਂ ਆਪਣੇ ਵੱਲ ਘੁਮਾਓ ਕਿਉਂਕਿ ਤੁਹਾਡਾ ਜਿਹੜਾ ਦੂਸਰਾ ਫੋਨ ਹੈ ਮੈਨੂੰ ਉਹ ਨਜ਼ਰ ਆ ਰਿਹਾ। ਹੈਲੋ, ਵੈਲਕਮ ਬੈਕ। ਸੋ ਇੰਡੀਆ ਦਾ ਇੰਨਾ ਹੀ ਸ਼ੁਕਰਾਨਾ ਕਿ ਐਟਲੀਸਟ ਅਸੀਂ ਲੋਕ ਲਾਈਵ ਗੱਲਬਾਤ ਕਰ ਪਾਉਂਦੇ ਹਾਂ। ਇੰਡੀਆ ਦਾ ਇੰਨਾ ਹੀ ਬਹੁਤ ਬਹੁਤ ਮਿਹਰਬਾਨੀ ਇਲੈਕਟ੍ਰੀਸਿਟੀ ਦੀ ਔਰ ਉਹ ਵੀ ਇੰਟਰਨੈਟ ਦੀ। ਬਿਲਕੁਲ ਬਿਲਕੁਲ। ਅਤੇ ਇਸ ਤੋਂ ਪਹਿਲਾਂ ਕਿ ਸਾਡਾ ਕਨੈਕਸ਼ਨ ਫੇਰ ਵੀਕ ਹੋਵੇ ਤਾਂ ਮੈਂ ਚਾਹਵਾਂਗੀ ਤੁਸੀਂ ਕੁਛ ਐਸਾ ਸਾਡੀ ਆਡੀਅੰਸ ਨੂੰ ਸੁਣਾਓ ਜਿਹੜਾ ਕਿ ਤੁਹਾਡਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਏ ਕੋਈ ਐਸਾ ਸੌਂਗ। ਜੀ ਜ਼ਰੂਰ ਸੁਣਾਉਂਦੀ ਹਾਂ। ਬਸ ਕਰ ਪਰਸਾਂ ਜਿਉਂਗੀ ਮੈਂ ਕੈਸੇ। ਜੈਸਮਿਨ ਸੌਰੀ, ਤੁਹਾਨੂੰ ਵਿੱਚ ਟੋਕ ਰਹੀ ਹਾਂ। ਮੌਤ ਨਾਈ ਕਿਉਂ ਆਈ ਖੈ ਲੰਬੀ ਜੁਦਾਈ ਚਾਰ ਦਿਨਾਂ ਦਾ ਪਿਆਰ ਔਰ ਬੜੀ ਲੰਬੀ ਜੁਦਾਈ ਲੰਬੀ ਜੁਦਾਈ ਚਾਰ ਦਿਨਾਂ ਦਾ ਪਿਆਰ ਔਰ ਬੜੀ ਲੰਬੀ ਜੁਦਾਈ ਲੰਬੀ ਜੁਦਾਈ। ਕਿਆ ਬਾਤ ਹੈ। ਹਾਂਜੀ, ਔਰ ਹਾਲਾਂਕਿ ਕਨੈਕਸ਼ਨ ਠੀਕ ਰਿਹਾ, ਕਨੈਕਸ਼ਨ ਕਿਤੇ ਕਿਤੇ ਥੋੜ੍ਹੀ ਥੋੜ੍ਹੀ ਖਰਖਰ ਹੈ, ਥੋੜ੍ਹੀ ਜਿਹੀ ਵਿੱਚ ਹੈ ਖਰਾਬੀ। ਅਤੇ ਉਹ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਥੋੜ੍ਹੀ ਦੇਰ 'ਚ ਬਫਰ ਨਹੀਂ ਹੁੰਦਾ, ਇਹ ਦੁਆਰਾ ਮੈਂ ਫਿਰ ਤੋਂ ਸੁਣੂੰਗੀ ਇਹ ਗਾਣਾ, ਕਿਉਂਕਿ ਰੇਸ਼ਮਾ ਜੀ ਦਾ ਇਹ ਸੌਂਗ ਹੈ ਔਰ ਰੇਸ਼ਮਾ ਜੀ ਦੀ ਆਵਾਜ਼ ਦੁਬਾਰਾ ਰਿਪਲੇਸ ਨਹੀਂ ਹੋਈ। ਉਹਨਾਂ ਨੂੰ ਕਾਪੀ ਤਾਂ ਨਹੀਂ ਕੀਤਾ ਜਾ ਸਕਦਾ, ਪਰ ਉਹਨਾਂ ਦੀ ਰੂਹ ਵਾਂਗੂ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ ਤਾਂ ਕਿ ਉਹਨਾਂ ਦੀ ਯਾਦ ਹਮੇਸ਼ਾ ਤਾਜ਼ਾ ਰਹੇ। ਹਾਂ, ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਾਲ ਦੁਬਾਰਾ ਲਗਾ ਰਹੀ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਜਿਹੜੀ ਪਬਲਿਕ ਹੈ ਉਹਨਾਂ ਨੇ ਤੁਹਾਡੀ ਵੋਇਸ ਕੁਆਲਿਟੀ ਕੁਛ ਖਾਸ ਨਾ ਸੁਣਾਈ ਦੇਵੇ। ਸੋ ਮੀਨ ਟਾਈਮ ਮੈਂ ਤੁਹਾਨੂੰ ਕਾਲ ਦੁਬਾਰਾ ਲਗਾਉਂਦੀ ਹਾਂ ਔਰ ਮੀਨ ਟਾਈਮ ਮੈਂ ਇਹ ਦੱਸ ਦੇਵਾਂ ਜੀ, ਇਹ ਜਿਹੜਾ ਖਾਨਦਾਨ ਹੈਗਾ ਅਖਤਰ ਖਾਨਦਾਨ, ਪੂਰਾ ਖਾਨਦਾਨ 'ਚ ਬੜੀ ਬਲੈਸਿੰਗਸ ਨੇ ਜੀ, ਕਿ ਬੜਾ ਸੁਰੀਲਾ ਖਾਨਦਾਨ ਹੈ। ਪਰਸਨਲੀ ਆਈ ਐਮ ਫੈਨ ਔਫ ਸ਼ਹਿਨਾਜ਼ ਅਖਤਰ, ਉਸ ਤੋਂ ਬਾਅਦ ਮੈਂ ਗੁਰਲੇਜ਼ ਅਖਤਰ, ਹੁਣ ਇਹ ਤੀਸਰੀ ਸ਼ਾਮਿਲ ਹੋ ਗਏ ਨੇ ਜੈਸਮਿਨ ਅਖਤਰ, ਅਤੇ ਚੌਥੇ ਜਿਹੜੇ ਹੈਗੇ ਨੇ ਸਾਹਿਲ ਅਖਤਰ। ਉਹਦੇ ਮੈਂ ਜੋਕਸ ਦੀ ਵੀ ਬੜੀ ਦੀਵਾਨੀ ਹਾਂ, ਗਾਇਕੀ ਦੀ ਤਾਂ ਹੈ ਹੀ ਹਾਂ, ਯੰਗ ਬਲੱਡ ਹੈ ਔਰ ਯੰਗ ਬਲੱਡ ਦੇ ਜਿਹੜੇ ਜੋਕਸ ਹੁੰਦੇ ਨੇ ਆਪਸ 'ਚ, ਜਦੋਂ ਇਹ ਲੋਕ ਨੋਕ ਚੋਕ ਕਰਦੇ ਨੇ, ਭੈਣ ਭਰਾ ਆਪਸ 'ਚ ਵੀਡੀਓਜ਼ ਬਣਾਉਂਦੇ ਨੇ, ਫਨੀ ਵੀਡੀਓਜ਼ ਬਣਾਉਂਦੇ ਨੇ ਅਤੇ ਬਹੁਤ ਕਿਊਟ ਵੀ ਲੱਗਦੇ ਨੇ। ਸੋ ਯੰਗ ਬੱਚੇ ਨਾ ਜਿਹੜੇ ਘਰ ਦੇ ਵਿੱਚ ਮਾਹੌਲ ਖੁਸ਼ੀ ਦਾ ਰੱਖਦੇ ਹੈ। ਸੋ ਲਓ ਜੀ, ਕਾਲ ਦੁਬਾਰਾ ਵਾਪਸ ਲਗਾਉਂਦੇ ਹਾਂ ਔਰ ਮਿਸਟਰ ਗਿੱਲ ਨੂੰ ਪੁੱਛਾਂਗੇ ਤੁਹਾਡੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਚਾਈਲਡਹੁੱਡ ਦਾ। ਸਾਡਾ ਮਾਹੌਲ ਇੰਨਾ ਗਾਣ ਵਜਾਉਣ ਵਾਲਾ ਨਹੀਂ ਸੀਗਾ, ਅਸੀਂ ਥੋੜ੍ਹਾ ਬਹੁਤ ਆਪਸ 'ਚ ਕਰਦੇ ਸੀਗੇ, ਸਾਡਾ ਮਾਹੌਲ ਡਿਫਰੈਂਟ ਸੀ, ਖੇਡਣ ਵਾਲਾ ਸ਼ਹਿਰੀ, ਯੂਨੋ ਇੱਧਰ ਭੱਜ ਕੇ ਉੱਧਰ ਭੱਜ ਕੇ, ਬਟ ਓਵਰਆਲ ਭੈਣ ਭਰਾਵਾਂ 'ਚ ਪਿਆਰ ਸੀਗਾ, ਹਰ ਘਰ 'ਚ ਹੁੰਦਾ ਹੁੰਦਾ ਹੀ ਹੈ। ਲੇਕਿਨ ਆਪਾਂ ਗੱਲ ਕਰ ਰਹੇ ਸੀ ਰੇਸ਼ਮਾ ਜੀ ਦੀ। ਬਿਲਕੁਲ, ਰੇਸ਼ਮਾ ਜੀ ਜਿਹੜੇ ਨੇ ਉਹ ਪਾਕਿਸਤਾਨ ਦੇ ਬਹੁਤ ਐਕਸਲੈਂਟ ਸਿੰਗਰ ਨੇ, ਅਤੇ ਕਹਿੰਦੇ ਨੇ ਕਿ ਉਹਨਾਂ ਨੇ ਸਿੱਖਿਆ ਨਹੀਂ ਕਿਸੇ ਤੋਂ, ਅਤੇ ਨੈਚੁਰਲ ਗੋਡ ਗਿਫਟਡ ਆਵਾਜ਼ ਸੀ ਉਹਨਾਂ ਕੋਲ, ਕੁਛ ਜੋ ਵੀ ਸੀਗਾ ਜਿੰਨਾ ਕੁ ਵੀ ਗਾਉਂਦੇ ਸੀ, ਲੇਕਿਨ ਐਸਾ ਫਾਈਨ ਗਾਉਂਦੇ ਸੀ ਕਿ ਉਹਨਾਂ ਦੀ ਰਿਪਲੇਸਮੈਂਟ ਅੱਜ ਤੱਕ ਅਮੇਜ਼ਿੰਗ ਅਮੇਜ਼ਿੰਗ ਸਿੰਗਰ। ਸੋ ਅੱਜ ਹੁਣ ਅਸੀਂ ਦੱਸਦੇ, ਹਾਲੇ ਵੀ ਅਸੀਂ ਕੋਵਿਡ 'ਚ ਹੈਗੇ ਹਾਂ, ਇੱਥੇ ਵੀ ਸਟਾਫ ਨਹੀਂ ਹੈਗਾ, ਉੱਥੇ ਵੀ ਸਟਾਫ ਨਹੀਂ ਹੈਗਾ। ਬਿਲਕੁਲ, ਕੋਸ਼ਿਸ਼ ਕਰ ਰਹੇ ਕਿ ਸਕਾਈਪ ਦੇ ਥਰੂ ਅਸੀਂ ਇੱਕ ਦੂਸਰੇ ਨਾਲ ਮਿਲ ਸਕੀਏ, ਗੱਲਬਾਤ ਕਰ ਸਕੀਏ, ਸੋਸ਼ਲ ਡਿਸਟੈਂਸਿੰਗ ਜਿਹਨੂੰ ਕਹੀਦਾ, ਡਿਸਟੈਂਸਿੰਗ, ਅਤੇ ਉਹ ਬਰਕਰਾਰ ਹੈ ਸਾਡੇ ਆਰਟਿਸਟਾਂ ਦੇ ਵਿੱਚ ਔਰ ਸਾਡੇ ਵਿੱਚ। ਹਾਂਜੀ, ਲਓ ਜੀ, ਸਾਡੇ ਆਰਟਿਸਟ ਸਾਡੇ ਨੂੰ ਜੁਆਇਨ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ। ਕੋਸ਼ਿਸ਼ ਇਹੀ ਹੈ ਕਿ ਸਾਡੀ ਆਵਾਜ਼ ਹੈ ਜਿਹੜੀ ਕੁੜੀ ਦੀ ਆਵਾਜ਼ ਬਹੁਤ ਪਿਆਰੀ ਹੈ ਔਰ ਮੈਂ ਆਮ ਹਿਊਜ ਫੈਨ ਆਫ ਹਰ ਵੋਇਸ, ਕਿ ਅਸੀਂ ਵੈਸੇ ਹੀ ਪ੍ਰਾਊਡ ਹਾਂ ਕਿ ਗੁਰਲੇਜ਼ ਅਖਤਰ ਦੀ ਆਵਾਜ਼ ਇੰਨੀ ਉੱਚੀ ਹੈ, ਪਰ ਇਹ ਕੁੜੀ ਦੀ ਆਵਾਜ਼ ਗੁਰਲੇਜ਼ ਅਖਤਰ ਤੋਂ ਵੀ ਉੱਚੀ ਹੈ। ਮੈਂ ਬੜੀ ਸਰਪ੍ਰਾਈਜ਼ ਹਾਂ ਔਰ ਬੜੀ, ਕਿਉਂਕਿ ਉਹਨਾਂ ਦਾ ਹਰ ਗਾਣਾ ਹਾਈ ਪਿੱਚ 'ਤੇ ਹੁੰਦਾ ਹੈ
ਔਰ ਜਿਹੜੇ ਸਾਡੇ ਸਾਡੀ ਆਡੀਅੰਸ ਟੱਚਵੁੱਡ ਬੜੇ ਭਾਗਾਂ ਵਾਲੇ ਅਸੀਂ ਕਿ ਸਾਡੀ ਆਡੀਅੰਸ ਤੁਹਾਡੇ ਵਰਗੀ ਹੈ ਜਿਹੜੀ ਕਿ ਬਹੁਤ ਸੁਰੀਲੀ ਹੈ ਔਰ ਸੁਰਾਂ ਨੂੰ ਸਮਝਦੀ ਹੈ ਤੇ ਹੁਣ ਜੀ ਇੱਕ ਵਾਰੀ ਫੇਰ ਚਾਰ ਦਿਨਾਂ ਦਾ ਪਿਆਰ ਵੀ ਮੈਂ ਥੈਂਕਸ ਕਰਦੀ ਹਾਂ ਕਿਉਂਕਿ ਤੁਹਾਡੇ ਥਰੂ ਮਿਸ ਐਂਡ ਮਿਸ ਮਿਸਟਰ ਐਂਡ ਮਿਸਿਸ ਗਿੱਲ ਦੇ ਥਰੂ ਮੈਨੂੰ ਬਹੁਤ ਅੱਛੀ ਆਵਾਮ ਸੁਣ ਰਹੀ ਹੈ ਤੁਹਾਡੇ ਥਰੂ ਬਹੁਤ ਅੱਛੇ ਅੱਛੇ ਲੋਕਾਂ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡਾ ਵੀ ਥੈਂਕ ਯੂ ਦੋਨਾਂ ਦਾ ਵੈਲਕਮ ਜੀ ਤੁਹਾਡੇ ਵਰਗੇ ਲੋਕਾਂ ਦਾ ਕਿਉਂਕਿ ਤੁਸੀਂ ਲੋਕ ਹੋ ਤੇ ਮਾਈਟੀ ਵੀ ਹੈਗਾ ਜੇ ਸੁਰੀਲੇ ਸਿੰਗਰ ਨਹੀਂ ਹੈਗੇ ਤੇ ਮਾਈਟੀ ਵੀ ਕੁਝ ਵੀ ਨਹੀਂ ਹੈਗਾ ਬਿਲਕੁਲ ਤੇ ਹੁਣ ਮੈਂ ਚਾਹਾਂਗੀ ਇੱਕ ਵਾਰੀ ਫੇਰ ਤੁਸੀਂ ਸਾਨੂੰ ਮਦਹੋਸ਼ ਕਰ ਦਵੋ ਚਾਰ ਦਿਨਾਂ ਦਾ ਇੱਕ ਵਾਰੀ ਮੈਂ ਫੇਰ ਚਾਹਾਂਗੀ ਕਿ ਗਾਓ ਜੀ ਜੀ ਬਿਛੜੇ बस कल परसों हाय जियोंगे मैं कैसे इस हाल में बरसों मौत ना आए तेरी याद क्यों आई ਲੰਬੀ ਜੁਦਾਈ ਚਾਰ ਦਿਨਾਂ ਦਾ ਪਿਆਰ ਓ ਰੱਬਾ ਬੜੀ ਲੰਬੀ ਜੁਦਾਈ ਚਾਰ ਦਿਨਾਂ ਦਾ ਪਿਆਰ ਓ ਰੱਬਾ ਬੜੀ ਲੰਬੀ ਜੁਦਾਈ ਕਿਆ ਬਾਤ ਹੈ ਥੈਂਕ ਯੂ ਵਾਂਸ ਅਗੇਨ ਇਸ ਨੂੰ ਗਾਣ ਵਾਸਤੇ ਓਨੈਸਟਲੀ ਦੱਸੀ ਇਹ ਗਾਣਾ ਆਪਣੇ ਲਈ ਗਾਇਆ ਹੈ ਜਾਂ ਕਿਸੇ ਲਈ ਗਾਇਆ ਲੰਬੀ ਜੁਦਾਈ ਵਾਸਤੇ ਨਹੀਂ ਇਹ ਮੈਂ ਲੋਕਡਾਊਨ ਵਾਸਤੇ ਗਾਇਆ ਕਿ ਜੁਦਾਈ ਬਹੁਤ ਹੋਈ ਹਾਂ ਅੱਛਾ ਲੋਕਡਾਊਨ ਦੇ ਦੌਰਾਨ ਸਾਡੀ ਆਡੀਅנס ਜਾਂ ਮੈਂ ਆਪਣੇ ਕੰਮ ਨੂੰ ਵੀ ਡੈਡੀਕੇਟ ਕਰ ਸਕਦੀ ਹਾਂ ਨਾ ਯੂ ਨੋ ਘਰੇ ਆਪਾਂ ਸਟਕ ਹੋਏ ਹੋਏ ਆ ਕੰਮ ਤੇ ਵੀ ਨਹੀਂ ਜਾ ਪਾ ਰਹੇ ਕੁਛ ਵੀ ਨਹੀਂ ਆਪਾਂ ਕਰ ਪਾ ਰਹੇ ਸੋ ਇਹਨੂੰ ਵੀ ਇੱਕ ਜੁਦਾਈ ਦਾ ਇੱਕ ਨਾਮ ਦਿੱਤਾ ਜਾ ਸਕਦਾ ਬਿਲਕੁਲ ਔਰ ਇਹ ਸਾਰੇ ਸੋਫਿਸਟੀਕੇਟਿਡ ਜਿਹਾ ਆਨਸਰ ਦਿੱਤਾ ਬਟ ਆਈ ਲਾਈਕ ਇਟ ਬਹੁਤ ਸਾਰੇ ਆਰਟਿਸਟ ਸਾਨੂੰ ਸੌਰੀ ਆਡੀਅנס ਸਾਨੂੰ ਦੇਖ ਰਹੇ ਉਹਦੇ ਚ ਜਵਨ ਜੋਤ ਪਾਰਸ ਜਿਹੜੇ ਕਿ ਬਹੁਤ ਅੱਛੇ ਮਿਊਜ਼ਿਕ ਲਿਸਨਰ ਨੇ ਸਾਡੇ ਖਾਨਦਾਨ ਦੇ ਚਿਰਾਗ ਜਵਨ ਜੀ ਕਹਿੰਦੇ ਨੇ ਵੈਰੀ ਨਾਈਸ ਸ਼ੋ ਵੈਰੀ ਨਾਈਸ ਇੰਟਰਵਿਊ ਸਟੀਵਨ ਸਰਕਾਰੀਆ ਜੀ ਵਾਚ ਕਰ ਰਹੇ ਨੇ ਨਾਈਸ ਸ਼ੋ ਗਾਇਜ਼ ਸ਼ੈਂਪੀ ਫਰੋਮ ਅੰਮ੍ਰਿਤਸਰ ਦੀਦੀ ਹੈਵ ਰਿਲੀਜ਼ ਮਾਈ ਐਲਬਮ ਥੈਂਕ ਯੂ ਜੀ ਤੁਹਾਡੇ 'ਤੇ ਵੀ ਗੱਲਬਾਤ ਕੀਤੀ ਜਾਏਗੀ ਸਤਿ ਸ਼੍ਰੀ ਅਕਾਲ ਔਰ ਰੈਨਾ ਜੀ ਕੀ ਕਹਿੰਦੇ ਵੈਸ਼ਨੋ ਦੇਵੀ ਤੋਂ ਲਿਖਦੇ ਨੇ ਜੀ ਗ੍ਰੇਟ ਵੋਇਸ ਆਗਿਆਪਾਲ ਜੀ ਥਮਸਅਪ ਦੇ ਰਹੇ ਨੇ ਬੜੇ ਸਾਰੇ ਮੈਸੇਜਿਸ ਆ ਰਹੇ ਕੋਸ਼ਿਸ਼ ਕਰ ਰਹੀ ਹਾਂ ਕਿ ਜੀ ਰਿਪੀਟ ਨਾ ਕਰੀਏ ਤਾਂ ਕਿ ਥੈਂਕ ਯੂ ਗਾਇਸ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਾਡੇ ਜਿਹੜੇ ਆਰਟਿਸਟ ਨੇ ਕਿਉਂਕਿ ਲੋਕਡਾਊਨ ਦੇ ਵਿੱਚ ਜਿਹੜਾ ਆਰਟਿਸਟ ਹੈ ਉਹ ਵੀ ਸਟੱਕ ਹੈ ਉਹਨਾਂ ਨੂੰ ਆਦਤ ਹੈ ਕਿ ਇਹ ਜਿਹੜਾ ਸੀਜ਼ਨ ਹੈ ਉਹਨਾਂ ਦਾ ਇਹ ਬਿਜ਼ਨਸ ਸੀਜ਼ਨ ਸੀਗਾ ਗਰਮੀਆਂ ਦੇ ਵਿੱਚ ਮੇਲੇ ਆਉਂਦੇ ਨੇ ਉਸ ਤੋਂ ਬਾਅਦ ਜਿਹੜੇ ਇਵੈਂਟਸ ਆਉਂਦੇ ਨੇ ਇਹ ਇੱਕ ਆਰਟਿਸਟ ਦੀ ਇਹ ਬੜੀ ਵੱਡੀ ਚੀਜ਼ ਹੈ ਉਹਨਾਂ ਵਾਸਤੇ ਇਹ ਜਿਹੜਾ ਸੀਜ਼ਨ ਹੈ ਬਹੁਤ ਵੱਡਾ ਮਹੱਤਵ ਰੱਖਦਾ ਇਹਨਾਂ ਦੀ ਲਾਈਫ ਦੇ ਵਿੱਚ ਅਤੇ ਸਾਡੀ ਕੋਸ਼ਿਸ਼ ਐਜ਼ ਏ ਮਾਈ ਟੀ ਵੀ ਐਜ਼ ਏ ਮੀਡੀਆ ਕਿ ਅਸੀਂ ਉਹਨਾਂ ਨੂੰ ਪੂਰਾ ਪਲੈਟਫਾਰਮ ਦੇਈਏ ਕਿ ਉਹ ਆਪਣੀ ਆਡੀਅੰਸ ਦੇ ਨਾਲ ਰੂਬਰੂ ਹੋ ਸਕਣ ਔਰ ਆਪਣੇ ਦਿਲ ਦੇ ਵਿਚਾਰ ਔਰ ਆਪਣੀਆਂ ਗੱਲਾਂ ਬਾਤਾਂ ਸਾਂਝੀ ਕਰ ਸਕਣ ਔਰ ਜਿਵੇਂ ਮਾਈ ਟੀ ਵੀ ਪਹਿਲਾਂ ਤੋਂ ਜਦੋਂ ਤੋਂ ਸ਼ੋ ਸਾਡੇ ਸ਼ੁਰੂ ਹੋਏ ਨੇ ਆਹ ਮਿਊਜ਼ੀਕਲ ਸ਼ੋ ਸਾਡਾ ਗੋਲ ਹੈ ਕਿ ਜਿਹੜੇ ਖਾਨਦਾਨੀ ਸਿੰਗਰ ਨੇ ਜਿਹਨਾਂ ਦੀ ਪੁਸ਼ਤਾਂ ਗਾਉਂਦੀਆਂ ਆ ਰਹੀਆਂ ਨੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਆਲਰੇਡੀ ਅੱਗੇ ਨੇ ਅਸੀਂ ਉਹਨਾਂ ਨੂੰ ਹੋਰ ਅੱਗੇ ਲੈ ਕੇ ਜਾਈਏ ਔਰ ਦੱਸੀਏ ਕਿ ਐਕਚੁਅਲ ਸਿੰਗਿੰਗ ਹੈ ਲੈਪਟੋਪ 'ਤੇ ਗਾਣਾ ਸਿੰਗਿੰਗ ਨਹੀਂ ਹੈ ਸਿੰਗਿੰਗ ਤੋਂ ਬਹੁਤ ਦੂਰ ਹੈ ਜੈਸਮਿਨ ਫੇਵਰੇਟ ਸਿੰਗਰ ਕੌਣ ਆ ਤੁਹਾਡਾ ਆਵਾਜ਼ ਆ ਰਹੀ ਮੇਰੀ ਜੈਸਮਿਨ ਇੰਟਰਨੈਟ ਫੇਰ ਕੱਟਿਆ ਗਿਆ ਇਹ 10 ਮਿੰਟ ਚੱਲਦਾ ਜੀ ਇੰਡੀਆ ਦਾ ਇੰਟਰਨੈਟ ਉਸ ਤੋਂ ਬਾਅਦ ਇੰਡੀਆ ਦਾ ਇੰਟਰਨੈਟ ਮਜ਼ੇ ਲੈ ਰਿਹਾ ਅਮਰੀਕਾ ਦੇ ਨਾਲ ਜਿਹੜਾ ਮਿਲਾਪ ਹੋ ਰਿਹਾ ਨਾ ਇੰਡੀਆ ਦਾ ਇੰਟਰਨੈਟ ਦਾ ਮੈਨੂੰ ਲੱਗਦਾ ਜਿਵੇਂ ਮੋਦੀ ਜੀ ਔਰ ਦੋ ਹਫ਼ਤੇ ਬਾਅਦ ਟਰੰਪ ਜੀ ਮੁਲਾਕਾਤ ਨਹੀਂ ਕਰਨਾ ਚਾਹ ਰਹੇ ਸੋ ਦੋ ਦੋ ਹਫ਼ਤੇ ਬਾਅਦ 10-10 ਮਿੰਟ ਬਾਅਦ ਇੰਟਰਨੈਟ ਸਾਡਾ ਬੰਦ ਹੋ ਜਾਂਦਾ ਜੈਸਮਿਨ ਮੇਰੀ ਆਵਾਜ਼ ਆ ਰਹੀ ਹੈ ਹੈਲੋ ਅੱਛਾ ਮੈਂ ਹੁਣੇ ਪੁੱਛਾਂਗੀ ਕਿ ਤੁਹਾਡਾ ਫੇਵਰੇਟ ਸਿੰਗਰ ਕੌਣ ਹੈ ਫੇਵਰੇਟ ਸਿੰਗਰ ਕੌਣ ਆ
कॉल दोबारा लगाई जाती है तो डोंट वरी आई विल कॉल यू बैक क्योंकि जी 10 मिंट ही इंटरनेट लैस्ट कर पाता इंडिया का पर शुक्र एटलीस्ट है शुक्र है आज तो 20 साल 25 15-20 साल पहला आप इंटरनेट ते फोन कॉलिंग नहीं लगी क्योंकि तो $3 पर मिनट सी हां बिल्कुल आ तुसी मीन टाइम जेडी साडी ऑडियंस है एटलीस्ट स्काइप वगैरह फ्री है कोई चक्कर नहीं है कि कमली सॉन्ग सुना देना जैस्मिन जी एक और सलो जी असी कॉल दोबारा लगाया हैगा और लेट्स सी की बन दुनिया दा सच्चे पातशाह वाहेगुरु जाने वेलकम बैक और हुण मैनू लग रहा है सिग्नल स्ट्रोंग है मैं हुण जैस्मिन नू पुछांगी तुहाडा फेवरेट सिंगर कौन आ ਜੀ ਮੈਂ ਨਾ ਮੈਂ ਐਕਚੁਅਲੀ ਸਟਾਰਟ ਕੀਤਾ ਸੀਗਾ ਪਾਕਿਸਤਾਨੀ ਸਿੰਗਿੰਗ ਤੋਂ ਹਨਾ ਜਿੱਦਾਂ ਬਹੁਤ ਛੋਟੀ ਸੀ ਪਾਕਿਸਤਾਨੀ ਗਾਣੇ ਬਹੁਤ ਜ਼ਿਆਦਾ ਸੁਣੀਦੇ ਸੀਗੇ ਤੇ ਸਟਾਰਟਿੰਗ ਮੇਰੀ ਹੋਈ ਸੀ ਆਫਸ਼ਾਂ ਬੇਗਮ ਜੀ ਤੋਂ ਉਹਨਾਂ ਦੇ ਗਾਣੇ ਬਹੁਤ ਸੁਣਿਆ ਕਰਦੀ ਸੀ ਪਹਿਲਾਂ ਜੀ ਫਿਰ ਪੰਜਾਬ ਵਿੱਚ ਅੱਜ ਦੀ ਡੇਟ ਬਹੁਤ ਸਾਰੇ ਆਰਟਿਸਟ ਹੈਗੇ ਜਿਹਨਾਂ ਦਾ ਇੱਕ ਕਹਿੰਦੇ ਗਏ ਆ ਕਿ ਜਿਹਨਾਂ ਵਿੱਚੋਂ ਸਤਿੰਦਰ ਸਰਤਾਜ ਜੀ ਨੇ ਜਿਹਨਾਂ ਦੇ ਗਾਣੇ ਮੈਨੂੰ ਬਹੁਤ ਪਸੰਦ ਨੇ ਉਹਨਾਂ ਦੀ ਸ਼ਾਇਰੀ ਉਹਨਾਂ ਦੀ ਲਿਖਤ ਵੀ ਉਹਨਾਂ ਦੀ ਗਾਉਣ ਦਾ ਅੰਦਾਜ਼ ਵੀ ਹੈ ਨਾ ਉਹਨਾਂ ਦੀ ਪ੍ਰੈਜੈਂਟੇਸ਼ਨ ਬਹੁਤ ਅੱਛੀ ਹੁੰਦੀ ਹੈ ਸੋ ਬਾਲੀਵੁੱਡ ਦੇ ਵਿੱਚ ਜਾਈਏ ਤਾਂ ਫਿਰ ਮੈਂ ਸੁਨਿਧੀ ਚੌਹਾਨ ਜੀ ਨੂੰ ਰਿਚਾ ਸ਼ਰਮਾ ਜੀ ਨੂੰ ਉਹਨਾਂ ਨੂੰ ਵੀ ਕਾਫੀ ਸੁਣਦੀ ਹਾਂ ਜੇ ਪੰਜਾਬ ਤੋਂ ਗੱਲ ਕਰੀਏ ਤੇ ਹੁਣ ਤੁਹਾਨੂੰ ਪਤਾ ਵਨ ਐਂਡ ਓਨਲੀ ਗੁਰਲੀਜ਼ ਅਖਤਰ ਜੀ ਤੇ ਐਕਚੁਅਲੀ ਉਹ ਹੀ ਹੈ ਮੇਲ ਦੇ ਵਿੱਚ ਮੈਨੂੰ ਯੈਸ ਮੇਲ ਦੇ ਵਿੱਚ ਮੈਨੂੰ ਕਰਨ ਔਜਲਾ ਅੱਜ ਦੀ ਡੇਟ ਵਿੱਚ ਪਸੰਦ ਆ ਆ ਵਾਓ ਚਲੇ ਕੰਮ ਕਰਨੇ ਆ ਪਾਕਿਸਤਾਨ ਦਾ ਕੋਈ ਵੀ ਇੱਕ ਸਿੰਗਰ ਲੋ ਜਿਹੜਾ ਤੁਹਾਨੂੰ ਪਸੰਦ ਹੈ ਔਰ ਜੇ ਕਦੀ ਤੁਹਾਨੂੰ ਉਹ ਗਾਣਾ ਗਾਉਣ ਦਾ ਮੌਕਾ ਮਿਲਿਆ ਜਾਂ ਤੁਹਾਨੂੰ ਲੱਗੇ ਕਿ ਉਹ ਗਾਣਾ ਮੈਨੂੰ ਗਾਉਣਾ ਚਾਹੀਦਾ ਸੀ ਤੇ ਕਿਵੇਂ ਗਾਣਾ ਸੀਗਾ ਤੁਸੀਂ ਪਾਕਿਸਤਾਨ ਦਾ ਕੋਈ ਵੀ ਸਿੰਗਰ ਮੇਲ ਲਾ ਲਓ ਫੀਮੇਲ ਲਾ ਲਓ ਵਾਟ ਐਵਰ ਯੂ ਲਾਈਕ ਓਕੇ ਮੈਂ ਅਫਸ਼ਾਂ ਬੇਗਮ ਜੀ ਦਾ ਗਾਣਾ ਮੈਂ ਤੁਹਾਨੂੰ ਸੁਣਾਉਣੀ ਹੈ ਜਿਹੜਾ ਮੈਨੂੰ ਬਹੁਤ ਪਸੰਦ ਵੀ ਹੈ ਔਰ ਮੈਂ ਸਟਾਰਟਿੰਗ 'ਚ ਸੁਣਿਆ ਵੀ ਹੈ ਸਟਾਰਟਿੰਗ ਵਿੱਚ ਜਿਹੜਾ ਮੈਂ ਸੁਣਿਆ ਅੱਜ ਮੇਰੀਆਂ ਕਾਲੀਆਂ ਜ਼ੁਲਫਾਂ ਨੇ ਤੇਰੇ ਦਿਲ ਤੇ ਕੀਤੀ ਛਾਂ ਸਜਣਾ ਮੈਨੂੰ ਆਪਣੇ ਸਾਰੇ ਗਮ ਦੇ ਦੇ ਮੈਥੋਂ ਲੈ ਲੈ ਸਭ ਖੁਸ਼ੀਆਂ ਸਜਣਾ ਅੱਜ ਮੇਰੀਆਂ ਕਾਲੀਆਂ ਜ਼ੁਲਫਾਂ ਨੇ ਮੇਰੇ ਸਾਹ ਵਿੱਚ ਜਗ ਘੁਲੇ ਜਾਵੇਗਾ ਸਾਰੀ ਦੁਨੀਆਂ ਨੂੰ ਭੁੱਲ ਜਾਵੇਗਾ ਮੇਰੇ ਸਾਹ ਵਿੱਚ ਜਗ ਘੁਲੇ ਜਾਵੇਗਾ ਸਾਰੀ ਦੁਨੀਆਂ ਨੂੰ ਭੁੱਲ ਜਾਵੇਗਾ ਤੈਨੂੰ ਪਿਆਰ ਦੇ ਗੀਤ ਸੁਣਾਵੇਗੀ ਮੇਰੀ ਛਲ ਛਲ ਕਰਦੀ ਬਾਹਾਂ ਸਜਣਾ ਅੱਜ ਮੇਰੀਆਂ ਕਾਲੀਆਂ ਜ਼ੁਲਫਾਂ ਨੇ ਕੀ ਬਾਤ ਹੈ ਬਹੁਤ ਮੈਂ ਤੁਹਾਨੂੰ ਇਹਦੇ ਪਿੱਛੇ ਰਾਜ਼ ਵੀ ਬਹੁਤ ਵੱਡਾ ਸੋ ਮੈਂ ਹਰ ਇੰਟਰਵਿਊ ਦੇ ਵਿੱਚ ਜ਼ਿਕਰ ਕਰਦੀ ਹੁੰਦੀ ਹਾਂ ਤੇ ਦੈਟ ਟਾਈਮ ਆਈ ਵਾਸ ਇਨ ਥਰਡ ਕਲਾਸ ਸੋ ਫਰਸਟ ਐਲਬਮ ਜਦੋਂ ਮੈਂ ਆਪਣੇ ਆਪ ਬਾਈ ਕੀਤੀ ਸੀਗੀ ਤੇ ਗਿਫਟ ਕਰਨਾ ਸੀਗਾ ਗੁਰਲੇਖ ਜੀ ਨੂੰ ਦੀਦੀ ਦਾ ਬਰਥਡੇ ਸੀ ਮੈਨੂੰ ਅੱਜ ਵੀ ਯਾਦ ਆ 3 ਅਪ੍ਰੈਲ 3 ਮਾਰਚ ਨੂੰ ਸੋ ਦੀਦੀ ਲਈ ਮੈਂ ਗਿਫਟ ਲਿਆਂਦਾ ਮੈਂ ਕਿਹਾ ਵੀ ਚਲੋ ਅੱਜ ਪਾਕਿਸਤਾਨੀ ਉਦੋਂ ਡੈਕ ਦਾ ਰਿਵਾਜ਼ ਹੁੰਦਾ ਸੀ ਡੈਕ ਹੁੰਦੇ ਸੀਗੇ ਘਰੇ ਤੇ ਡੈਕ ਲਾ ਕੇ ਸੌਂਦੇ ਹੁੰਦੇ ਸੀਗੇ ਕੈਸਟ ਚੱਲਦੀਆਂ ਹੁੰਦੀਆਂ ਸੀ ਤੇ ਉਦੋਂ ਮੈਂ ਦੀਦੀ ਨੂੰ ਲੈ ਕੇ ਦਿੱਤਾ ਗਿਫਟ ਪਰ ਉਹਦਾ ਫਾਇਦਾ ਪੂਰਾ ਆਪਾਂ ਲਿਆ 110% ਸੁਣਦੇ ਹੁੰਦੇ ਸੀਗੇ ਘਰੇ ਗਿਫਟ ਹੁੰਦਾ ਤਾਂ ਸੀ ਗਾਣੇ ਸਾਰੇ ਸੁਣ ਸੁਣ ਕੇ ਆਪ ਹੀ ਆ ਮਿਊਜ਼ਿਕ ਦੀ ਇਹ ਖਾਸਤ ਹੈ ਦੀਦੀ ਰਹਿੰਦੇ ਹੁੰਦੇ ਸੀ ਘਰੇ ਹਾਂਜੀ ਸੋ ਉਦੋਂ ਸਾਰੀ ਉਸ ਐਲਬਮ ਦੇ ਜਿੱਦਾਂ ਗਾਣੇ ਬਹੁਤ ਵਧੀਆ ਸੀ ਉਦੋਂ ਬਾਅਦ ਹੀ ਮੈਨੂੰ ਸ਼ੌਂਕ ਪਿਆ ਵੀ ਮੈਂ ਗਾਵਾਂ ਆ ਉਦੋਂ ਪਹਿਲਾਂ ਤਾਂ ਇਹ ਖਿਆਲ ਵੀ ਨਹੀਂ ਸੀਗਾ ਫਿਰ ਉਸ ਤੋਂ ਬਾਅਦ ਸਕੂਲ ਦੇ ਜਿੱਦਾਂ ਕੰਪੀਟੀਸ਼ਨ ਕਰਨੇ ਕਾਲਜ ਦੇ ਵਿੱਚ ਯੂਥ ਫੈਸਟੀਵਲ ਕਰਨੇ ਫਿਰ ਹੌਲੀ ਹੌਲੀ ਉਸ ਤੋਂ ਬਾਅਦ ਫਿਰ ਹੋਇਆ ਕਿ ਚਲੋ ਹੁਣ ਪ੍ਰੋਫੈਸ਼ਨਲੀ ਵੀ ਇਹਨੂੰ ਆਪਣਾ ਪ੍ਰੋਫੈਸ਼ਨ ਬਣਾਈਏ ਤੁਹਾਡਾ ਇੱਕ ਕੁਛ ਗਾਣੇ ਤਾਂ ਬੜੇ ਖਾਸ ਨੇ ਜਿਹੜੇ ਕਿ ਲੋਕਾਂ ਦੇ ਵਿੱਚ ਬਹੁਤ ਹਿੱਟ ਹੋਏ ਉਹਨਾਂ ਸਾਰਿਆਂ ਦੇ ਵਿੱਚੋਂ ਆਫਕੋਰਸ ਫਸਟ ਗਾਣਾ ਤਾਂ ਆਲਵੇਜ਼ ਹੀ ਲੱਗਦਾ ਕਿ ਮੇਰਾ ਫੇਵਰੇਟ ਹੈ ਹੋਰ ਕਿਹੜਾ ਗਾਣਾ ਜਿਹੜਾ ਕਿ ਤੁਸੀਂ ਸੋਚਦੇ ਹੋ ਕਿ ਆਹ ਮੇਰੇ ਦਿਲ ਦੇ ਕਰੀਬ ਆ ਦੇਖੋ ਗਾਣੇ ਜਿਹੜਾ ਫਸਟ ਮੇਰੀ ਐਲਬਮ ਸੀਗੀ ਡੂਇਟ ਸੀਗੀ ਲਾਈਵ ਸੀਗਾ ਖੰਡ ਦੀ ਪੁੜੀ ਮੈਨੂੰ ਕਹਿੰਦਾ ਖੰਡ ਦੀ ਪੁੜੀ ਬਹੁਤ ਮਕਬੂਲ ਹੋਇਆ ਸੀ ਫਿਰ ਉਸ ਤੋਂ ਬਾਅਦ ਡੂਇਟ ਕਾਫੀ ਅੱਛੇ ਸੌਂਗਸ ਨੇ ਜਿਹਨਾਂ ਨੂੰ ਬਹੁਤ ਪਿਆਰ ਮਿਲਿਆ ਫਿਰ ਹਰਜੋਤ ਦੇ ਨਾਲ ਜਿਹੜਾ ਰਿਲੀਜ਼ ਹੋਇਆ ਸੀ ਲਾਲ ਮਨੁੱਖੀ ਹਨਾ ਉਹ ਵੀ ਗਾਣਾ ਬਹੁਤ ਉਸ ਗੀਤ ਨੂੰ ਵੀ ਬਹੁਤ ਪਿਆਰ ਹਾਂਜੀ
ਫਿਰ ਕਾਫੀ ਸਾਰੇ ਗੀਤ ਨੇ ਜਿਹੜੇ ਮੈਂ ਅਗਰ ਦੱਸਾਂ ਤਾਂ ਫਿਰ ਬਹੁਤ ਸਾਰੀ ਲੰਬੀ ਲਿਸਟ ਹੈ। ਤੇ ਇੱਕ ਸਰਪੰਚੀ ਤੇ ਗਾਣਾ ਰਿਲੀਜ਼ ਹੋਇਆ ਸੀਗਾ, ਉਹ ਵੀ ਬਹੁਤ ਵਧੀਆ ਰਿਹਾ। ਤੇ ਇੱਦਾਂ ਹੀ ਸੋਲੋ ਗੀਤ ਵੀ ਫਿਰ ਜਦੋਂ ਬੰਟੀ ਬੈਂਸ ਪ੍ਰੋਡਕਸ਼ਨ ਦੇ ਵਿੱਚ ਮੇਰਾ ਫਸਟ ਜਿਹੜਾ ਸੀਗਾ ਗੀਤ ਆਇਆ ਟੁੱਟ ਪੈਣੇ ਆ, ਹਾਂ ਫਿਰ ਉਹ ਗੀਤ ਨੂੰ ਵੀ ਬਹੁਤ ਸਾਰਿਆਂ ਨੇ ਹਾਂਜੀ ਬਹੁਤ ਪਿਆਰ ਦਿੱਤਾ ਹਨਾ। ਸੋ ਇਹ ਵਨ ਬਾਏ ਵਨ ਕਰਕੇ ਕਾਫੀ ਸਾਰੇ ਗੀਤ ਸੀਗੇ। ਸੋ ਜਿਹੜੇ ਗੀਤਾਂ ਨੂੰ ਜ਼ਿਆਦਾ ਪਿਆਰ ਮਿਲਦਾ ਕਹਿ ਲਓ ਕਿ ਉਹ ਆਪਣੇ ਆਪ ਦਿਲ ਦੇ ਕਰੀਬ ਹੋ ਦਿਲ ਦੇ ਜਾਂਦੇ, ਕਰੀਬ ਹੋ ਜਾਂਦੇ ਆ। ਸੂਫੀ ਗੀਤ ਇਸ਼ਕ ਨੇ ਜਾਵੇ ਨੰਗੇ ਪੈਰੀ ਨਿਚਾਵੇ ਨੇ ਸਿਕੰਡੇ ਤੇ। ਸੋ ਇਸ ਗੀਤ ਨੂੰ ਤਾਂ ਅੱਜ ਵੀ ਬਹੁਤ ਪਿਆਰ ਮਿਲਦਾ ਜਦੋਂ ਲਾਈਵ ਸ਼ੋਅ ਤੇ ਲਾਈਵ ਸਟੇਜ ਤੇ ਜਾਂਦੇ ਆ, ਸੋ ਇਹਦੀ ਫਰਮਾਇਸ਼ ਜ਼ਰੂਰ ਆਉਂਦੀ ਹੈ। ਤੇ ਮੈਨੂੰ ਇੱਕ ਹੋਰ ਦੱਸੋ, ਇੱਕ ਹੋਰ ਗੀਤ ਹੈ ਜਿਹ 'ਚ ਕਿ ਜਿਹੜੀ ਸਾਡੀ ਬਿਗ ਬੌਸ ਦੀ ਦਿਲ ਦੇ ਵਿੱਚ ਘਰ ਘਰ ਜਾਣ ਵਾਲੀ ਸਨਾ ਗਿੱਲ ਨੇ ਉਹਦੇ 'ਤੇ ਉਹਨਾਂ ਦੀ ਫੋਟੋ ਲਗਾ ਕੇ ਉਹ ਗਾਣਾ, ਹਾਲਾਂਕਿ ਆਵਾਜ਼ ਤੁਹਾਡੀ ਹੈ, ਅਤੇ ਉਸ ਗਾਣੇ ਦੀ ਕੀ ਸਟੋਰੀ ਹੈ ਥੋੜ੍ਹੀ ਜਿਹੀ ਸਾਂਝੀ ਕਰੋ। ਤੁਸੀਂ ਸਾਰੇ ਅੰਡਰਸਟੂਡ ਹੋ, ਅੱਜ ਕੱਲ੍ਹ ਗਾਣਾ ਲੀਕ ਕਰਨਾ ਇੱਕ ਰਿਵਾਜ਼ ਹੀ ਹੋ ਗਿਆ। ਇਹ ਗਾਣਾ ਲੀਕ ਲੁੱਕ ਕੋਈ ਨਹੀਂ ਹੁੰਦਾ, ਠੀਕ ਹੈ ਜੀ। ਆਪਣੀ ਜਿਹੜੀ ਪਰਸਨਲ ਪ੍ਰੋਪਰਟੀ ਹੁੰਦੀ ਹੈ, ਬਹੁਤ ਰੇਅਰ ਹੋ ਸਕਦਾ ਕਿ ਹੋ ਜਾਵੇ, ਹੈ ਨਾ। ਬਟ ਇਹਦੇ 'ਤੇ ਮੇਰਾ ਇਹੀ ਵਿਚਾਰ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਗਾਣਾ ਲੀਕ ਹੋਇਆ। ਮੈਨੂੰ ਲੱਗਦਾ ਵੀ ਇਹ 110% ਕੀਤਾ ਗਿਆ, ਕਿਉਂਕਿ ਐਲੀ ਮਾਂਗਰ ਜੀ ਦੇ ਨਾਲ ਸਨਾ ਦਾ ਇੱਕ ਗਾਣਾ ਆਪਾਂ ਵੀ ਆਉਣ ਵਾਲਾ ਲਾਲ ਮਰੂਤੀ ਗਾਣੇ ਦੇ ਵਿੱਚ ਵੀ ਸਨਾ ਨੇ ਫੀਚਰਿੰਗ ਕੀਤੀ ਸੀ। ਔਰ ਸ਼ੀ ਇਜ਼ ਅ ਨਾਈਸ ਗਰਲ, ਅਸੀਂ ਅੱਛੀ ਤਰ੍ਹਾਂ ਇੱਕ ਦੂਜੇ ਨੂੰ ਜਾਣਦੇ ਵੀ ਹਾਂ, ਉਹਦੇ ਨਾਲ ਮੇਰੀ ਕੋਈ ਪਰਸਨਲ ਪ੍ਰੋਬਲਮ ਨਹੀਂ। ਮਤਲਬ ਜਦੋਂ ਇਹ ਗਾਣਾ ਹੁਣ ਰਿਲੀਜ਼ ਕੀਤਾ ਤੇ ਸਨਾ ਦੇ ਨਾਲ ਇੱਕ ਇਹਨਾਂ ਦਾ ਬਾਰੀ 2 ਗਾਣਾ ਆਉਣਾ ਸੀ। ਫਸਟ ਗੁਰਲੇਜ ਜੀ ਦੇ ਨਾਲ ਆਇਆ ਸੀ ਨਾ ਬਾਰੀ 1, ਹਾਂ, ਤੇ ਬਾਰੀ 2 ਸਨਾ ਦੇ ਨਾਲ ਆਉਣ ਵਾਲਾ, ਹਾਂਜੀ, ਜਿਹੜਾ ਕਮਿੰਗ ਉਹਨਾਂ ਦਾ ਪ੍ਰੋਜੈਕਟ ਰੈਡੀ ਆਈ ਥਿੰਕ ਸੋ। ਤੇ ਉਹ ਵਾਲਾ ਪੋਸਟਰ ਉਹਨਾਂ ਨੇ ਮੇਰੇ ਵਾਲੀ ਗੀਤ ਤੇ ਲਾ ਕੇ ਲੀਕ ਕੀਤਾ, ਹੁਣ ਰੱਬ ਜਾਣੇ ਕਿਹਨੇ ਲੀਕ ਕੀਤਾ, ਭਲਾ ਹੋਵੇ ਲੀਕ ਕਰਨ ਵਾਲੇ ਦਾ ਵੀ। ਸੋ ਇਹਦੇ ਵਿੱਚ ਮੈਂ ਇਹੀ ਕਹੂੰਗੀ ਕਿ ਜੇ ਕਿਸੇ ਦੀ ਮਿਹਨਤ ਆ ਹਨਾ, ਉਹ ਉਹਦੀ ਮਿਹਨਤ ਨਹੀਂ ਰੱਖਣੀ ਚਾਹੀਦੀ, ਉਹਦੀ ਮਿਹਨਤ ਦਾ ਜਿਹੜਾ ਫਲ ਆ ਉਹ, ਚਲੋ ਇਹ ਹੈ ਕਿ ਜੇ ਇਹ ਲੋਕ ਨਹੀਂ ਜਾਣਦੇ ਤਾਂ ਪਰਮਾਤਮਾ ਬੈਠਾ ਹੈਗਾ, ਅਸੀਂ ਆਪਣੀ ਮਿਹਨਤ ਕਰ ਰਹੇ ਹਾਂ। ਸੋ ਇਸੇ ਤਰ੍ਹਾਂ ਗਾਣਾ ਲੀਕ ਕੀਤਾ, ਤੇ ਵੱਖਰੀ ਗੱਲ ਆ ਵੀ ਜੇ ਇਹ ਨਹੀਂ ਪਤਾ ਲੱਗੇ ਕਿ ਮੇਰੀ ਵੋਇਸ, ਵੈਸੇ ਵੀ ਉਹ ਗਾਣੇ ਦਾ ਪਤਾ ਨਹੀਂ ਲੱਗਾ ਕਦੋਂ ਆਇਆ ਤੇ ਕਦੋਂ ਚਲਾ ਗਿਆ, ਪਰ ਗਾਣਾ ਬਹੁਤ ਅੱਛਾ ਸੀ ਗਾਣਾ। ਅੱਛਾ, ਜਿੱਦਾਂ ਤੁਸੀਂ ਕਹਿੰਦੇ ਨਾ ਵੀ ਜਿਹੜੀ ਵਾਕਈ ਗਾਣਾ ਪੁਰਾਣੀ ਕੰਪੋਜੀਸ਼ਨ ਸੀ ਕਿ ਗਾਣਾ ਬਹੁਤ ਵਧੀਆ ਸੀਗਾ। ਸੋ ਮੈਂ ਇਹ ਜ਼ਰੂਰ ਇੱਕ ਦਰਖਾਸਤ ਕਰਨਾ ਚਾਹੂੰਗੀ ਪਬਲਿਕ ਨੂੰ ਕਿ ਅਗਰ ਕੋਈ ਤੁਸੀਂ ਗਾਣਾ ਸੁਣਦੇ ਹੋ, ਮੈਟਰ ਨਹੀਂ ਕਰਦਾ ਕਿ ਉਹਦੇ 'ਤੇ ਪਿਕਚਰ ਕਿਹੜੀ ਚੱਲ ਰਹੀ ਹੈ ਜਾਂ ਉਹਦੇ 'ਤੇ ਫੋਟੋ ਕਿਹੜੀ ਲੱਗੀ ਹੈ, ਇੱਕ ਕੋਸ਼ਿਸ਼ ਜ਼ਰੂਰ ਕਰਿਆ ਕਰੋ, ਇੱਕ ਸਰਚ ਕਰਿਆ ਕਰੋ ਕਿ ਇਹ ਵੋਇਸ ਕਿਹਦੀ ਹੈ। ਔਰ ਹਾਲਾਂਕਿ ਜਦੋਂ ਮੈਂ ਗਾਣਾ ਸੁਣਿਆ ਤਾਂ ਮੈਨੂੰ ਅਫਕੋਰਸ ਇਹ ਦੋਨੋਂ ਭੈਣਾਂ ਦੀ ਆਵਾਜ਼ ਇੱਕੋ ਜਿਹੀ ਵੀ ਲੱਗਦੀ ਹੈ ਕਦੀ ਕਦਾਰ, ਔਰ ਜਦੋਂ ਮੈਂ ਕਿਹਾ ਕਿ ਇਹਦੀ ਆਵਾਜ਼ ਹੋਰ ਵੀ ਉੱਚੀ ਹੈ ਗੁਰਲੇਜ਼ ਅਖਤਰ ਤੋਂ, ਤਾਂ ਆਵਾਜ਼ ਪਛਾਣੀ ਜਾਂਦੀ ਹੈ। ਜਾਂ ਕੋਈ ਵੀ ਸਿੰਗਰ ਹੈ ਜਿਵੇਂ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦਾ ਟੈਕਸਚਰ ਅਲੱਗ ਹੈ, ਸੁਨੀਧੀ ਦਾ ਅਲੱਗ ਹੈ, ਇੱਦਾਂ ਹਰ ਇੱਕ ਆਰਟਿਸਟ ਦੀ ਇੱਕ ਟੈਕਸਚਰ ਹੈ ਵੋਇਸ ਦੀ ਅਲੱਗ ਹੁੰਦੀ ਹੈ। ਅਤੇ ਕੋਸ਼ਿਸ਼ ਕਰਿਆ ਕਰੋ, ਇਹ ਐਜ਼ ਏ ਆਡੀਅੰਸ ਤੁਹਾਡੇ ਵਾਸਤੇ ਟਿਪ ਹੈ ਜੀ ਮੋਨੀ ਗਿੱਲ ਵੱਲੋਂ, ਕਿ ਕੋਸ਼ਿਸ਼ ਕਰੋ ਕਿ ਅਗਰ ਉਹ ਗਾਣਾ ਅਗਰ ਤੁਹਾਨੂੰ ਅੱਛਾ ਲੱਗ ਰਿਹਾ ਤਾਂ ਮੇਕ ਸ਼ੋਰ ਕਰੋ ਕਿ ਉਹ ਆਰਟਿਸਟ ਨੂੰ ਉਹਦਾ ਕ੍ਰੈਡਿਟ ਦਿੱਤਾ ਜਾਵੇ। ਹੈਸ਼ਟੈਗ ਲਾ ਦਿਉ ਜਾਂ ਯੂ ਨੋ ਜਾਂ ਥੈਂਕ ਯੂ ਲਿਖ ਦਿਉ ਜਾਂ ਕੁਛ ਐਸਾ ਲਿਖ ਦਿਉ ਕਿ ਆਰਟਿਸਟ ਨੂੰ ਇਹ ਲੱਗੇ ਕਿ ਐਟਲੀਸਟ ਆਡੀਅੰਸ ਪਿਆਰ ਕਰ ਰਹੀ ਹੈ ਉਸ ਗਾਣੇ ਨੂੰ। ਹੈਲੋ, ਮੇਰੀ ਆਵਾਜ਼ ਆ ਰਹੀ ਹੈ? ਸੋ ਲਓ ਜੀ, ਜਿੱਦਾਂ ਮੈਂ ਕਿਹਾ ਜੀ, ਸਾਨੂੰ ਹਰ 10-15 ਮਿੰਟ ਬਾਅਦ ਕਾਲ ਵਾਪਸ ਕਰਨੀ ਪੈਂਦੀ ਹੈ ਕਿਉਂਕਿ ਇੰਟਰਨੈਟ ਕਦੀ ਕਈ ਵਾਰੀ ਅਜੀਬ ਲੱਗਦਾ। ਮੈਂ ਪਿਛਲੇ 2-3-4 ਸ਼ੋਅਸ 'ਤੇ ਦੇਖ ਰਿਹਾ ਸੀਗਾ ਕਿ ਦਿਲਜਾਨ ਸਾਹਿਬ ਦੇ ਗਾਣਾ ਗਾਇਆ, ਲੇਕਿਨ ਫਿਰ ਮਿਊਜ਼ਿਕ ਡਾਇਰੈਕਟਰ ਨੇ ਆਪਣੀ ਆਵਾਜ਼ 'ਚ ਇੱਕ ਫਿਲਮ 'ਚ ਦੇਤਾ ਹੈ ਨਾ। ਉਹ ਪਿਛਲੇ ਮੇਰੇ ਹਮਸਰ ਜਿਹੜੇ ਸੀ ਹਯਾਤ ਸਾਹਿਬ, ਉਹਨਾਂ ਨੇ ਗਾਣਾ ਆਪ ਬਣਾਇਆ, ਆਪ ਗਾਇਆ, ਫਿਲਮਾਂ 'ਚ ਵੀ ਹਾਲਾਂਕਿ ਲੀਕ ਹੋਏ ਉਹਨਾਂ ਨੂੰ ਕ੍ਰੈਡਿਟ ਨਹੀਂ ਦਿੱਤਾ। ਯੋਯੋ ਸਿੰਘ ਨੇ ਆਪਣੇ ਨਾਂ ਦੇ ਥੱਲੇ ਉਹਨੂੰ ਅੱਗੇ ਕਰਤਾ। ਸੋ ਓਨੈਸਟੀ ਰੱਖਣੀ ਬਹੁਤ ਜ਼ਰੂਰੀ ਹੈ ਆਪਣੇ ਕੰਮ ਨਾਲ। ਜੇ ਤੁਸੀਂ ਮਿਊਜ਼ਿਕ ਡਾਇਰੈਕਟਰ ਹੋ, ਤੁਹਾਡੀ ਜਗ੍ਹਾ ਕੋਈ ਨਹੀਂ ਲੈ ਸਕਦਾ ਹੈਗਾ, ਲੇਕਿਨ ਇੱਕ ਸਿੰਗਰ ਜਿਹਨੇ ਮਿਹਨਤ ਕੀਤੀ, ਓਨੈਸਟੀ ਨਾਲ ਕੰਮ ਕੀਤਾ, ਉਹਨੇ ਜੇ ਸ਼ੁਰੂਆਤ ਤੋਂ ਸ਼ੁਰੂ ਕੀਤੀ ਤਾਂ ਉਹਨੂੰ ਅੱਗੇ ਆ ਲੈਂਦੋ। ਹੋਰ ਵੀ ਬਥੇਰੇ ਐਸੇ ਸਿੰਗਰ ਨੇ, ਮੈਨੂੰ ਯਾਦ ਹੈ ਕਿ ਬੜੀ ਇੰਟਰਵਿਊ 'ਚ ਸੁਣਿਆ ਕਿ ਜੀ ਗਾਣਾ ਮੈਂ ਗਾਣਾ ਸੀ, ਮੈਂ ਡੈਟ 'ਤੇ ਗਾਣਾ ਸਾਰਾ ਕੁਝ ਗਾਣਾ ਬਣਾਤਾ, ਲੇਕਿਨ ਫਿਲਮ 'ਚ ਕਿਸੇ ਹੋਰ ਸਿੰਗਰ ਨੇ ਗਾਤਾ। ਸੋ ਮਕਸਦ ਇਹ ਹੈ ਕਿ ਜ਼ਰੂਰ ਜਿਹੜਾ ਆਰਟਿਸਟ ਹੈ ਉਹਨੂੰ ਉਹਦਾ ਕ੍ਰੈਡਿਟ ਦਿੱਤਾ ਜਾਵੇ। ਆਵਾਜ਼ ਆ ਰਹੀ ਹੈ ਤੁਹਾਨੂੰ ਜੈਸਮਿਨ ਜੀ? ਜੈਸਮਿਨ ਜੀ, ਤੁਹਾਡਾ ਸਵਾਗਤ ਹੈ ਵਾਪਸ ਮਾਈ ਟੀਵੀ ਤੇ, ਤੁਸੀਂ ਸਾਨੂੰ ਸੁਣ ਪਾ ਰਹੇ ਹੋ? ਅਸੀਂ ਤੁਹਾਨੂੰ ਦੇਖ ਪਾ ਰਹੇ ਹਾਂ ਲੇਕਿਨ ਸੁਣ ਨਹੀਂ ਪਾ ਰਹੇ। ਲਓ ਜੀ, ਹਾਲਾਂਕਿ ਆਪਾਂ ਕੱਲ੍ਹ ਰਾਤ ਦੇ ਅਸੀਂ ਲੱਗੀਆਂ ਗੱਲਾਂ ਬਾਤਾਂ ਕਰਨ ਸਕਾਈਪ ਦੇ ਥਰੂ ਹੀ, ਔਰ ਬੜੀ ਅਸੀਂ ਅੱਛੇ ਅੱਛੇ ਗੱਲਾਂ ਸ਼ੇਅਰ ਕੀਤੀਆਂ ਨੇ, ਬੜੀਆਂ ਗੱਲਾਂ ਮਾਰੀਆਂ ਨੇ। ਉਦੋਂ ਸਿਗਨਲ ਨੇ ਸਾਨੂੰ ਬਿਲਕੁਲ ਸਾਥ ਦਿੱਤਾ, ਜਾਂ ਮੇ ਬੀ ਉਦੋਂ ਲੋਕ ਉਦੋਂ ਇੰਨੇ ਐਕਟਿਵ ਨਹੀਂ ਹੁੰਦੇ ਹੋਣਗੇ ਉਸ ਵਕਤ, ਅਤੇ ਇਹ ਪ੍ਰਾਈਮ ਟਾਈਮ ਹੈ ਜੀ ਇੰਡੀਆ ਦਾ, ਕਿਉਂਕਿ ਇੰਡੀਆ ਦੇ ਵਿੱਚ ਆਵਾਜ਼ ਆ ਰਹੀ ਹੈ ਤੁਹਾਨੂੰ?
ਮੈਨੂੰ ਹੁਣ ਜੀ ਥੋੜਾ ਜਿਹਾ, ਜੀ ਪ੍ਰੋਪਰ ਚਲੋ ਸ਼ੁਕਰ ਹੈ। ਤੇ ਹੁਣ ਮੈਨੂੰ ਇਹ ਦੱਸੋ ਕਿ ਆਉਣ ਵਾਲੇ ਕੀ ਪ੍ਰੋਜੈਕਟਸ ਨੇ? ਬਿਲਕੁਲ ਜੀ, ਗੈਰੀ ਸੰਧੂ ਜੀ ਦੇ ਨਾਲ ਇੱਕ ਗਾਣਾ ਰਿਲੀਜ਼ ਹੋਣ ਵਾਲਾ, ਉਹ ਵੀ ਬਹੁਤ ਅੱਛਾ। ਤੇ ਹੋਰ ਵੀ ਬਹੁਤ ਸਾਰੇ ਡੂਇਟ ਨੇ ਜਿਹੜੇ ਲਾਈਨ ਅਪ ਨੇ, ਔਰ ਰਿਲੀਜ਼ ਹੋਣ ਵਾਲੇ ਬਾਕੀ ਸੋਲੋ ਸੌਂਗ ਨੇ ਮੇਰੇ ਖੁਦ ਦੇ, ਜਿਨ੍ਹਾਂ ਵਿੱਚ ਦੋ ਦੇ ਵੀਡੀਓਜ਼ ਰੈਡੀ ਨੇ। ਸੋ ਵਨ ਬਾਏ ਵਨ ਕਰਕੇ ਰਿਲੀਜ਼ ਕਰਾਂਗੇ। ਸੋ ਹਲੇ ਆ ਥੋੜਾ ਮਾਹੌਲ ਸੈੱਟ ਹੋ ਜਾਵੇ, ਫਿਰ ਉਸ ਤੋਂ ਬਾਅਦ ਰਿਲੀਜ਼ ਕਰਾਂਗੇ। ਚਲੋ ਇੱਕ ਕੰਮ ਕਰਨਾ, ਤੁਸੀਂ ਕਿਹਾ ਸੀ ਤੁਹਾਨੂੰ ਸੁਨੀ ਦੀ ਚੌਹਾਨ ਬੜੀ ਪਸੰਦ ਹੈ, ਰਾਈਟ? ਜੀ ਕੋਈ ਸੁਨੀ ਦੀ ਚੌਹਾਨ ਦਾ ਗਾਣਾ ਸੁਣਾ ਦਿਓ ਜੀ, ਜ਼ਰੂਰ ਸੁਣਾਉਂਗੇ। ਮੈਂ ਰੁੱਠਿਆ ਯਾਰ ਮਨਾਵਾਂਗੀ, ਸਭ ਚਿਲ ਮਨ ਫੂਕ ਜਲਾਵਾਂਗੀ, ਜਦ ਪੱਥਰ ਰਾਜਾ ਪਿਘਲੇਗਾ ਤਦ ਮੈਂ ਕਮਲੀ ਕਹਿਲਾਵਾਂਗੀ, ਤਦ ਮੈਂ ਕਮਲੀ ਕਹਿਲਾਵਾਂਗੀ। ਮੇਰੇ ਮਾਹੀ ਅਸਨਮ ਜਾਣਾ ਕਿਵੇਂ ਕਰਿਆ ਨਵੀਂ ਦਾਨਾ, ਸ਼ਬ ਗੁਜ਼ਰੇ ਤਾਂ ਜਗ ਸਾਇਆ ਨੀ ਮੈਂ ਜਗਿਆ ਨਵੀਂ ਦਾਨਾ, ਮੇਰੇ ਮਾਹੀ ਅਸਨਮ ਜਾਣਾ ਕਿਵੇਂ ਕਰਿਆ ਨਵੀਂ ਦਾਨਾ, ਸ਼ਬ ਗੁਜ਼ਰੇ ਤਾਂ ਜਗ ਸਾਇਆ ਨੀ ਮੈਂ ਜਗਿਆ ਨਵੀਂ ਦਾਨਾ, ਚੀਰ ਦਿਲ ਤੋਂ ਕਰ ਗਿਆ ਤੂੰ ਦਰੀਆ ਦਰੀਆ ਮੇਰੇ ਯਾਰਾ, ਅੱਖੀਆਂ ਦੇ ਮੁਹੱਲੇ ਮੇ ਹਰ ਸ਼ਾਮ ਤੇਰਾ ਨੂੰ, ਸ਼ਬ ਗੁਜ਼ਰੀ ਤੇ ਜਗ ਸੋਇਆ ਨੀ ਮੈਂ ਜਗਿਆ ਨਵੀਂ, ਹੋਲੀ ਮੈਂ ਕਮਲੀ ਕਮਲੀ, ਹੋਲੀ ਮੈਂ ਕਮਲੀ ਕਮਲੀ, ਹੋਲੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ ਮੇਰੇ ਯਾਰ ਦੀ। ਕੀ ਬਾਤ ਹੈ ਜੀ, ਵਾਹ ਜੀ ਵਾਹ, ਇਹ ਲੱਗ ਰਿਹਾ ਮੈਂ ਵਾਪਸ ਸੁਣੀ ਦੀ ਸ਼ਾਰਟ ਮਿਸ ਕਰਕੇ ਰੱਖ ਲਈ ਵੀ ਕਨੈਕਸ਼ਨ ਵੀ ਕਨੈਕਸ਼ਨ ਵੀ ਉਦਾਂ ਹੀ ਆ। ਹਾਂ, ਕੋਸ਼ਿਸ਼ ਇਹੀ ਹੈ ਸਾਡੀ ਕਿ ਕਨੈਕਸ਼ਨ ਸਾਡਾ ਸਾਥ ਦੇ ਦੇਵੇ, ਪਰ ਲਾਈਵ ਟਾਕ ਕਰ ਰਹੇ ਹਾਂ, ਲਾਈਵ ਬ੍ਰੌਡਕਾਸਟਿੰਗ ਕਰ ਰਹੇ ਹਾਂ ਜੀ। ਔਰ ਜਿੱਦਾਂ ਕੁਲਦੀਪ ਨੇ ਦੱਸਿਆ ਕਿ ਹਲੇ ਵੀ ਕਰੋਨਾ ਦੇ ਵਿੱਚ ਅਸੀਂ ਜਿਹੜੀ ਪੈਂਡੈਮਿਕ ਕੁਆਰੰਟੀਨ ਚੱਲ ਰਹੀ ਹੈ ਉਹਦੇ ਵਿੱਚ ਹੀ ਹਾਂ ਅਸੀਂ, ਸਟਾਫ ਕੋਈ ਨਹੀਂ ਹੈਗਾ, ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਪ ਹੀ ਹੈਂਡਲ ਕਰੀਏ ਸਾਡੀ ਤਰਫ ਸਾਈਡ ਤੋਂ ਵੀ, ਉਹਨਾਂ ਦੀ ਸਾਈਡ ਤੋਂ ਵੀ, ਕਿ ਜਿਹੜੀ ਸਾਡੀ ਆਡੀਅੰਸ ਹੈ ਉਹ ਕੁਆਰੰਟੀਨ ਦੇ ਵਿੱਚ ਬੋਰ ਨਾ ਹੋ ਜਾਏ, ਅਤੇ ਅਸੀਂ ਅੱਛੇ ਅੱਛੇ ਆਰਟਿਸਟ ਤੁਹਾਡੇ ਲਈ ਲੱਭ ਕੇ ਲੈ ਕੇ ਆਉਂਦੇ ਹਾਂ ਤਾਂ ਕਿ ਤੁਸੀਂ। ਰੀਜ਼ਨ ਇਹ ਸੀਗਾ ਤੁਹਾਡੇ ਤੋਂ ਸੁਨੀ ਦੀ ਚੌਹਾਨ ਦਾ ਗੀਤ ਗਵਾਉਣ ਦਾ, ਕਿ ਲੋਕਾਂ ਨੂੰ ਇਹ ਲੱਗੇ ਕਿ ਇਹ ਕੁੜੀ ਸਿਰਫ ਪੰਜਾਬੀ ਗਾਣੇ ਨਹੀਂ ਗਾਉਂਦੀ ਜਾਂ ਸਲੋ ਗਾਣੇ ਨਹੀਂ ਗਾਉਂਦੀ, ਇਹ ਚਟਪਟੇ ਗਾਣੇ ਵੀ ਗਾ ਸਕਦੀ। ਮੇਰੀ ਸੁਨੀ ਦੀ ਫੇਵਰੇਟ ਹੈ, ਫੋਰ ਸਮ ਰੀਜ਼ਨ ਆਈ ਡੋਂਟ ਨੋ, ਬੜੀਆਂ ਸਿੰਗਰ ਸੁਣੀਆਂ ਨੇ ਲੇਕਿਨ ਸੁਨੀ ਦੀ ਮੇਰੀ ਫੇਵਰੇਟ ਹੈ, ਮੈਨੂੰ ਬੜੀ ਬੁਲੰਦ ਆਵਾਜ਼ ਲੱਗਦੀ ਉਹਦੀ। ਔਰ ਤੁਸੀਂ ਜਸਟੀਫਾਈ ਕੀਤਾ ਉਸ ਗਾਣੇ ਨੂੰ ਵਿੱਚ, ਯਾ ਔਰ ਤੁਸੀਂ ਜਸਟੀਫਾਈ ਕੀਤਾ ਵਿੱਚ ਇੱਕ ਦੋ ਅਰਾਧੇ ਤੁਸੀਂ ਆਪਣੇ ਲੈਣੇ, ਆਈ ਲਾਈਕ ਇਟ, ਬਹੁਤ ਅੱਛਾ ਸੌਂਗ ਨੂੰ ਤੁਸੀਂ ਅੱਗੇ ਲੈ ਕੇ ਗਏ। ਅੱਛਾ ਹੁਣ ਗੱਲ ਕੀਤੀ ਜਾਵੇ ਕਿ ਨੈਕਸਟ ਨੈਕਸਟ ਹੋਰ ਕੌਣ ਫੇਵਰੇਟ ਹੈ? ਫੇਵਰੇਟ ਤਾਂ ਦੇਖੋ ਸਾਰੇ ਹੀ ਹੈ, ਜਿਹੜੇ ਅੱਛਾ ਸੁਣਦੇ ਆ, ਜਿਹੜੇ ਰੂਹ ਵਾਲੇ ਆ ਨਾ, ਉਹ ਸਾਰੇ ਫੇਵਰੇਟ ਆ ਆਪਣੇ। ਇਹ ਤਾਂ ਹੈ, ਸਾਜ਼ੀਆ ਮਨਜ਼ੂਰ ਜੀ, ਸਾਜ਼ੀਆ ਮਨਜ਼ੂਰ ਜੀ ਉਹਨਾਂ ਦੇ ਗਾਣੇ ਬੜੇ ਮਕਬੂਲ ਗਾਏ ਸੀ, ਉਹ ਵੀ ਬੜੇ ਸੋਹਣੇ ਨੇ ਹਨਾ, ਉਹ ਵੀ ਬਹੁਤ ਅੱਛੇ ਨੇ। ਤੇ ਉਹ ਤਾਂ ਹਾਂਜੀ, ਔਰ ਰਿਚਾ ਰਿਚਾ ਸ਼ਰਮਾ ਜੀ, ਰਿਚਾ ਸ਼ਰਮਾ ਜੀ ਉਹਨਾਂ ਦੇ ਗਾਣੇ ਬਹੁਤ ਅੱਛੇ। ਕੀ ਬਾਤ ਹੈ, ਉਹ ਵੀ ਹਾਂ, ਉਹ ਵੀ ਬੁਲੰਦ ਹੈ। ਕੁਛ ਯਾਦ ਹੈ ਕੋਈ ਐਸਾ ਕੋਈ ਸੌਂਗ ਉਹਨਾਂ ਦੀ ਬੁਲੰਦ ਆਵਾਜ਼? ਰਿਚਾ ਸ਼ਰਮਾ ਜੀ ਦਾ ਹਾਂ, ਕੁਛ ਵੀ ਐਸਾ ਕੁਛ, ਜਾਂ ਕੋਈ ਵੀ ਐਸਾ ਸੌਂਗ, ਕੋਈ ਬਾਲੀਵੁੱਡ ਦਾ ਸੌਂਗ ਹੋਵੇ। ਹਾਂਜੀ, ਇੱਕ ਉਹਨਾਂ ਦਾ ਹੈਗਾ ਜੋਗੀਆ, ਜਿਹੜਾ ਮੈਂ ਸੂਫੀ ਸੌਂਗ ਆ, ਮੈਂ ਹਮੇਸ਼ਾ ਹੀ ਮੋਸਟਲੀ ਮੈਨੂੰ ਬੜਾ ਵਧੀਆ ਲੱਗਦਾ ਗੁਣਗੁਣਾਉਣਾ ਵੀ, ਉਹ ਮੈਂ ਤੁਹਾਨੂੰ ਸੁਣਾਉਂਦੀ ਹਾਂ। ਰਾਂਝਾ ਜੋਗੀਆ ਬਣਿਆ, ਕੀ ਬਾਤ, ਉਹਨੇ ਅਨੋਖਾ ਪੇਸ ਫਰਾਇਆ, ਅਹਦੋ ਅਹਿਮਦ ਨਾਮ ਤਰਾਇਆ, ਨੀ ਮੈਂ ਜਾਣਾ ਜੋਗੀ ਦੇਣਾ, ਕੰਨੀ ਮੁੰਦਰਾ ਪਾ ਕੇ ਮੱਥੇ ਤਿਲਕ ਲਗਾ ਕੇ, ਨੀ ਮੈਂ ਜਾਣਾ ਜੋਗੀ ਦੇਣਾ, ਹੋ ਮੈਨੂੰ ਚੜੇ ਅੱਖਰ ਦੀਆਂ, ਮੈਨੂੰ ਚੜੇ ਆ ਰੂਪ ਦਾ ਜ਼ਹਿਰ, ਪਿਆਰ ਦੀ ਬੀਰ ਨੂੰ ਸੁਣਾ ਜਾਵੇ, ਨੀ ਅੱਜ ਕੋਈ ਨੀ ਅੱਜ ਕੋਈ ਜੋਗੀ ਆਵੇ, ਨੀ ਅੱਜ ਕੋਈ ਜੋਗੀ ਆਵੇ।
क्या बात है, आई विश कि सिग्नल होर भी अच्छा हुंदा ते मज़ा आ जांदा, सोने पे सुहागा हो जांदा। लेकिन चलो जो है, कहिंदे ने लाइफ गिव्स यू लेमन, सो मेक लेमोनेड आउट ऑफ इट। सो साडी कोशिश यही है कि असी, रब ने सानू मैंगो दिता है ते तुहाडे सामने असी मैंगो जूस साडे मिठी मिठी आवाज़ पेश कर रहे हैं जैसमिन अख्तर दी। सो जैसमिन अख्तर, फ्यूचर दे विच कहो जा हस्बैंड पालदे हो, हाले तां नहीं? हाँ जी बिल्कुल। पाजी निको तो स्माइल आई, वाह क्या बात है। तो हरेक विचार विचार तो रखता चलो है ना, फ्यूचर प्लानिंग का, या हस्बैंड जे कुड़ी है तो हस्बैंड सो एक कम भी के जेड़ा मेरे दोनों बोलूगा है ना। बाकी जिदा दीदी ने दसी है कि मेरे लाइफ जो भी हैगा सारियां क्वालिटी साडी कुड़ी दे विच हैगी आ। बिल्कुल। सो करके इना क्वालिटीज दे नाल नाल ना मेरे लोगा एदी रिस्पेक्ट करूगा, ते उनु पता मोस्टली फीमेल जेडियां आर्टिस्ट ने उनां नू अगे जाके प्रॉब्लम आउंदी है। सो मैं नहीं चाहुंदी कि मैनू, मैं इस चीज च पिछे रहां जेड़ा मैनू सपोर्टिव होगा। सो नाइस नेचर तो चलो हरेक ही चाहुंदा है ना कि अच्छा इंसान होवे, नाइस ह्यूमन बीइंग होवे, और हरेक चीज च सपोर्टिव होना चाहिए। सो सो बेसिकली द मेन गोल इज़ कि बंदा जड़ा सपोर्टिव होवे, टैलेंट नू पछाणन वाला होवे। सो जिन्हें भी बैचलर बॉयज़ ने उन्होंने मैं दस दियाँ कि एक्चुअली दिस इज़ राइट नाउ द टाइम टू चेंज योर सैल्फ, नैवर टू लेट टू फिक्स योर सैल्फ। और हुण जमाना बहुत बदल गया, कुड़ियाँ की कुछ नहीं कर सकदियाँ। आई थिंक कुड़ियाँ मुंडियाँ तो भी अगे वध गईयां ने, ते मौका जरूर दो, क्योंकि गुरलेज भाभी बहुत लकी है कि उन्होंने कुलविंदर कैली जी मिले ने, मेरे भरा मिले, मैं बहुत लकी हाँ मैंने कुलदीप मिले ने, क्योंकि क्योंकि बहुत सपोर्टिव ने, नहीं तो अज मैं इत्थे नहीं होना सी जिथे मैं हाँ। वैसे एक गल मैं करूंगी ताडी गल, सॉरी मोनी दी, एक गल कटन लगी है, के वर्ड दे पर्सन वाकई नाइस ने, क्योंकि कुलदीप भाजी भी बहुत नाइस ने, तो कैली भाजी भी बड़े नाइस ने। क्या बात है भाजी, क्या बात है, दोनों के किचन ची मिलते ने, के भी किचन तो भी के ही है, बहुत बढ़िया। और कैली भाजी होना तो भी ਤੁਹਾਡੀ ਤਰੀਫ ਸੁਣੀ ਆ, ਦੀਦੀ ਤੋਂ ਵੀ ਕਿ ਤੁਹਾਡਾ ਨੇਚਰ ਬਹੁਤ ਨਾਈਸ ਹੈ, ਸੋ ਉਧਰੋਂ ਕੈਲੀ ਭਾਜੀ ਵੀ, ਸੋ ਦੋਨੇ ਕੇ ਵਰਡ ਦੇ ਪਰਸਨ ਨੇ ਤੇ ਬਹੁਤ ਵਧੀਆ। अच्छा यानी कि जिन्हें भी होर के वाले बंदे ने तैयार हो जाओ। नहीं होना चाहिए लाइफ पार्टनर जरा भी हो, मेल हो या फीमेल हो, सपोर्टिव होना बहुत जरूरी है। कई बार मैं ऐसे भी बंदे देखे ने कि घर च बंदा ज्यादा सक्सेसफुल है ते जनानियां सपोर्ट कर दिया ने। सो सेम चीज़ जनानियां वास्ते लागू हुंदी है कि अगर जनानी दे विच आर्ट है ते बंदे उन्हों जरूर सपोर्ट करन। बड़ी सारी क्रिटिसिज्म मिलती है, स्पेशली साडे पंजाबी ने जिहड़े हले भी थोड़ा जा इस पक्षों थोड़ा जा पिछे ने कि जे बंदा घर दे काम ज़्यादा करावे ते ओह कहिंदे ने तां जनानी थले लग्या, हालांकि घर दोनों का सांझा ते मैटर की करता है ये करे जा मैं करा। पर एनीवेज हुण आपां तुहाडे ते आने वापस, आपस में हस्बैंड वाइफ के चीजा नेगलेक्ट नहीं करनी है, चाहे जी लोगों दा की है कोई गल नहीं या फिर जब जिवे दिखदा, अगर कहंदे हुंदे घर परिवार सुखी है, आपस में जब असी नेगलेक्ट कर जाने फिर लोगों नूं दिखदा है ना, वो चीज करदी है, दोनों दी आपस विच बाउंडिंग मैटर करदी एक्चुअली। बिल्कुल। ते हुणे दसो कि तुसीं जदों बाहर शोआं ते जांदे हो ते आर्टिस्ट जिहड़ा इन्ने इन्ने घंटे गाँदा भी है, ते किदां फिर अपनी केयर किदां करदे हो, अपने गले दी किदां केयर करदे हो? केयर वैसे मैं कुछ सच्ची दसां कुछ खास भेज भी नहीं हैगा, और ते बाकी मैं ज्यादा कुछ कह लो कि लल्लन बटरम वैसे भी मैं कुछ खांदी नहीं हैगी, क्योंकि थानू पता कि खान पीन का भी ख्याल रखी दा। बाकी मैं कदे बेसिकली मेन इह चीज सोच के नहीं देखिया वी गला इहदे नाल यां खराब हो चुकी है, क्योंकि मैं खुद ही वैसे घट लाइक कर रही हूँ, और कभी मैंने इफेक्ट भी नहीं किया कभी किसी चीज ने, है ना। चलो ये तो अच्छी गल है, पर से पहले यहाँ चीज का आ गया बाहर भी ठंड तो था कुछ होता भी नहीं। हाँ जी, के अल्लाह ताला दी मतलब एहो जी कोई प्रॉब्लम नहीं, और जो शो पे भी आया। चलो जी मैं लगता सिग्नल फिर वीक हो रहा है, सिग्नल फिर वीक हो रहा है, मैं तुहानूं दोबारा कॉल लगान लगी हाँ, क्योंकि मैं नहीं चाहती कि लोगों को तुहाडी आवाज़ खर खर च सुनाई दे। तो लो जी मकसद ये है कि कई लोग बहुत लकी ने कि उन्होंने परहेज़ करने की लोड़ नहीं पैंदी गले की, लेकिन गले वास्ते बड़ा कुछ कुर्बानी देनी पैंदी है,
ਆਈਸਕ੍ਰੀਮ ਟਾਈਪ ਦੀ, ਖੱਟੀਆਂ ਚੀਜ਼ਾਂ ਟਾਈਪ ਦੀਆਂ, ਔਰ ਕੁੜੀਆਂ ਜਿਹੜੀਆਂ ਉਹ ਉਹਨਾਂ ਦੇ ਲਵ ਖੱਟਾ ਮਿੱਠਾ। ਸੋ ਅਸੀਂ ਕਾਲ ਮੇਨ ਟਾਈਮ ਵਾਪਸ ਲਾਉਂਦੇ ਹਾਂ ਔਰ ਕੋਸ਼ਿਸ਼ ਇਹ ਹੈ ਕਿ ਤੁਹਾਡੇ ਵਾਸਤੇ ਬੈਸਟ ਪ੍ਰੋਗਰਾਮ ਲੈ ਕੇ ਆਈਏ। ਸੋ ਲਓ ਜੀ, ਸਾਡੇ ਨਾਲ ਵਾਪਸ ਜੁਆਇਨ ਕਰ ਰਹੇ ਨੇ, ਔਰ ਇੱਕ ਵਾਰੀ ਕੈਮਰਾ ਔਨ ਹੋ ਜਾਏ ਫਿਰ ਮੈਂ ਤੁਹਾਨੂੰ ਲਾਈਨ 'ਤੇ ਪਾਵਾਂ। ਹਾਂਜੀ, ਆ ਗਏ ਨੇ ਜੀ। ਸਲੋ ਜੀ, ਅੱਜ ਕੈਮਰਾ ਸਾਨੂੰ, ਅੱਜ ਇੰਟਰਨੈਟ, ਇੰਡੀਆ ਦਾ ਇੰਟਰਨੈਟ ਸਾਡੇ ਤੋਂ ਖੁਸ਼ ਨਹੀਂ ਹੈ। ਮੋਦੀ ਜੀ ਕੁਝ ਕਰੋ, ਮੋਦੀ ਜੀ ਕਰੋਨਾ ਹੀ ਕਰ ਰਹੀ ਹੁਣ ਜੋ ਕਰ ਰਹੀ, ਮੋਦੀ ਕੀ ਕਰ ਰਿਹਾ ਵਿਚਾਰਾ। ਤੇ ਅੱਛਾ ਅੱਛਾ, ਹੁਣ ਮੈਨੂੰ ਇਹ ਦੱਸੋ ਕਿ ਇੰਟਰਨੈਟ ਹੀ ਤਾਂ ਹੈ ਨਾ ਸਾਰਿਆਂ ਦਾ ਸਹਾਰਾ, ਉਹੀ ਤਾਂ ਕਰਕੇ ਜ਼ਿਆਦਾ। ਤੇ ਮੂਵੀ ਵਗੈਰਾ ਦੇਖਦੇ ਹੋ? ਚਲੋ ਇਹ ਸਭ ਬਫਰਿੰਗ ਹੋ ਰਹੀ ਹੈ, ਮੈਂ ਕੱਟ ਨਹੀਂ ਰਹੀ ਫੋਨ, ਤੁਸੀਂ ਲਾਈਨ ਤੇ ਹੀ ਹੋ। ਲੇਕਿਨ ਜਿਹੜੀ ਸਾਡੀ ਆਡੀਅੰਸ, ਉਹਨਾਂ ਨੂੰ ਮੈਂ ਦੱਸ ਦਾਂ ਕਿ ਅਗਰ ਤੁਹਾਡੇ ਕੋਲ ਕੋਈ ਫਰਮਾਇਸ਼ ਹੈ, ਤੁਸੀਂ ਚਾਹੁੰਦੇ ਹੋ ਜੈਸਮੀਨ ਅਖਤਰ ਜੀ ਗਾਣੋ, ਉਹ ਗਾਣਾ ਬਿਲਕੁਲ, ਮੈਂ ਵੀ ਇਹ ਚਾਹੁੰਦੀ ਹਾਂ ਕਿ ਜੀ ਕਿ ਜਿਹੜੀ ਤੁਹਾਡੀ ਆਵਾਜ਼ ਹੈ ਉਹ ਦੂਰ ਦੂਰ ਤੱਕ ਪਹੁੰਚੇ, ਕਿਉਂਕਿ ਬਹੁਤ ਅੱਛੀ ਆਵਾਜ਼ ਹੈ, ਔਰ ਸਪੈਸ਼ਲੀ ਕਈ ਕੁੜੀਆਂ ਨੂੰ ਮੌਕਾ ਨਹੀਂ ਮਿਲਦਾ ਜਿਹੜੀਆਂ ਕਿ ਅੱਛਾ ਗਾਣ। ਕਈ ਵਾਰੀ ਫੈਮਿਲੀ ਰਿਸਟ੍ਰਿਕਸ਼ਨ ਹੁੰਦੀ ਹੈ, ਭੈਣ ਭਰਾਵਾਂ ਦੀ ਰਿਸਟ੍ਰਿਕਸ਼ਨ ਹੁੰਦੀ ਹੈ, ਅਤੇ ਉਹਦੇ 'ਚ ਸਾਨੂੰ ਇਹ ਹੈ ਕਿ ਵੱਧ ਤੋਂ ਵੱਧ ਤੁਹਾਨੂੰ ਮੌਕਾ ਮਿਲੇ, ਅਸੀਂ ਤੁਹਾਨੂੰ ਵਾਪਸ ਦੁਬਾਰਾ ਲਾਈਨ 'ਤੇ ਲੈ ਕੇ ਆਵਾਂਗੇ, ਕਿਉਂਕਿ ਇਸ ਕਰਕੇ ਨਹੀਂ ਕਿ ਤੁਸੀਂ ਫੈਮਿਲੀ ਦਾ ਹਿੱਸਾ ਹੋ, ਇਸ ਕਰਕੇ ਕਿ ਤੁਸੀਂ ਇੱਕ ਤਾਂ ਵੂਮਨ ਪਾਵਰ ਨੂੰ ਸਪੋਰਟ ਕਰਦੇ ਹੋ ਔਰ ਦੂਸਰਾ ਟੈਲੈਂਟ ਨੂੰ ਸਪੋਰਟ ਕਰਦੇ ਹੋ। ਕੀ ਖਿਆਲ ਹੈ ਕੁਲਦੀਪ? ਹਾਂ ਜ਼ਰੂਰ, ਜਿਵੇਂ ਅੱਜ ਇੰਟਰਨੈਟ ਨੇ ਇੰਨਾ ਸਾਥ ਨਹੀਂ ਦਿੱਤਾ, ਲੇਕਿਨ ਇੰਨੀ ਵਰਸਟਾਈਲ ਸਿੰਗਰ ਹੈ, ਆਪਾਂ ਇਹਨੂੰ ਦੁਬਾਰਾ ਲੈ ਕੇ ਆਵਾਂਗੇ ਐਂਡ ਹੋਪਫੁਲੀ ਤਦੋਂ ਸਾਰਾ ਕੁਝ ਸਹੀ ਹੋਵੇਗਾ। ਸੋ ਇੱਕ ਫਾਈਨਲ ਟੱਚ ਦਿੰਦੇ ਹਾਂ, ਟਰਾਈ ਕਰਦੇ ਹਾਂ ਦੁਬਾਰਾ ਲੱਗ ਜਾਏ। ਹਾਂਜੀ ਹਾਂਜੀ, ਜੈਸਮੀਨ ਜੀ ਤੁਸੀਂ ਸਾਨੂੰ ਦੇਖ ਪਾ ਰਹੇ ਹੋ? ਜੈਸਮੀਨ ਜੀ, ਮੈਨੂੰ ਲੱਗਦਾ ਹੈ ਇਹਨਾਂ ਨੂੰ ਇੰਟਰਨੈਟ ਯਾਰ ਤੇ ਹੋਏਗਾ ਕਿ ਜ਼ਿਆਦਾ ਯੂਜ਼ ਨਾ ਕਰਨ ਲੋਕ, ਜਾਂ ਇਸ ਵਕਤ ਕੁਝ ਜ਼ਿਆਦਾ ਹੀ ਯੂਜ਼ ਕਰ ਰਹੇ ਹੁਣ, ਹਰ ਬੰਦਾ ਯੂਜ਼ ਕਰ ਰਿਹਾ ਹੋਏਗਾ, ਕਿਉਂਕਿ ਇੰਟਰਨੈਟ ਹੀ ਐਸਾ ਜ਼ਰੀਆ ਜਿਹਦੇ ਨਾਲ ਇੰਟਰਟੇਨਮੈਂਟ ਹਾਸਿਲ ਕੀਤਾ ਜਾ ਸਕਦਾ। ਪ੍ਰੋਗਰਾਮ ਵੀ ਟੀ ਵੀ 'ਤੇ ਉਹੀ ਆ ਰਹੇ ਨੇ ਜੋ ਪਿਛਲੇ ਨੇ, ਉਹ ਰਿਪੀਟ ਹੋ ਰਹੇ ਨੇ, ਕਿਉਂਕਿ ਹੋਰ ਕੋਈ ਚੋਇਸ ਹੀ ਨਹੀਂ ਹੈਗਾ। ਇਹ ਪੈਂਡੈਮਿਕ, ਸਿਰਫ ਇਹ ਨਹੀਂ ਹੈਗਾ ਕਿ ਇੰਡੀਆ 'ਚ ਪੈਂਡੈਮਿਕ ਹਰ ਜਗ੍ਹਾ 'ਤੇ ਹੈ। ਤੁਹਾਨੂੰ ਮੇਰੀ, ਮੈਨੂੰ ਤੁਹਾਡੀ ਸਕਰੀਨ ਕੈਮਰਾ ਨਹੀਂ ਨਜ਼ਰ ਆ ਰਿਹਾ। ਆ ਗਈ, ਹੁਣ ਸੋਹਣੀ ਜਿਹੀ ਸ਼ਕਲ ਨਜ਼ਰ ਆਈ ਹੈ। ਅੱਛਾ, ਹੁਣ ਮੈਨੂੰ ਇਹ ਦੱਸੋ ਕਿ ਜਾਂਦੇ ਜਾਂਦੇ ਤੁਸੀਂ ਸਾਡੀ ਆਡੀਅੰਸ ਨੂੰ ਕੀ ਸਾਂਝਾ ਕਰਕੇ ਜਾਓਗੇ? ਜੈਸਮੀਨ ਜੀ ਔਨ ਹੈ ਜੀ, ਕੈਮਰਾ ਔਨ ਹੈ ਮੇਰੀ ਆਵਾਜ਼? ਹਾਂ, ਆਵਾਜ਼ ਕੱਟ ਕੱਟ ਕੇ ਆ ਰਹੀ ਹੈ ਤੁਹਾਡੀ। ਦੁਪਹਿਰ ਦਾ ਹੀ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ, ਇਹ ਵੀ ਰੀਜ਼ਨ ਆ ਵੱਡਾ ਕਿ ਨੈਟਵਰਕ ਪ੍ਰੋਪਰ ਨਹੀਂ ਆ ਰਿਹਾ, ਪਰ ਹੁਣ ਬਿਲਕੁਲ ਕਲੀਅਰ ਆਵਾਜ਼ ਆਈ ਹੈ। ਸ਼ਾਮ ਸਵੇਰੇ ਹਿਜ਼ਰ ਚ ਤੇਰੇ
ਹੱਥ ਰੋਂਦੀ ਹਾਏ ਚੰਗੀ ਰਹਿੰਦੀ ਪਿਆਰ ਨਾ ਖੋਦੀ ਸੁਪਨੇ ਪੈ ਗਏ ਮੈਨੂੰ ਰੋਣੇ ਪੈ ਗਏ ਅੱਥਰੂ ਵਾਰ ਕੇ ਫੰਡਕਾਂ ਤੇ ਬਹਿ ਗਏ ਰਾਤ ਵੀ ਮੁੱਕਦੀ ਅੱਖ ਨਹੀਂ ਸੁੱਕਦੀ ਸਾਫ ਨਹੀਂ ਦਿਸਦੇ ਰਾਮ ਵੇਕਾਲੀਆਂ ਮੇਰਾ ਪੱਖੀਆਂ ਲਾਈਆਂ ਬਰਸਾਤਾਂ ਮਈਆਂ क्या बात है और बड़ा मुश्किल गाना है ये। वाह जी वाह, बड़ा मुश्किल सॉन्ग है। और पता नहीं आज मौसम बड़ा बेईमान है इंडिया दा, और इना इना सिग्नल ने साथ नहीं दिता, लेकिन लेकिन जिस तरह मैं कहा कि इन्हां नूं असीं दोबारा पावांगे, और मैं चाहवांगी कि इन्हां नूं जदों असीं दोबारा पाईए ते थोड़ा जिहा कदा कोई साज़ होवे ते नाल होर डबल धमाल, डबल धमाल हो जावे। लोकी लोकी हैरान ने कि बिजली बाहर पै रही कि अंदर पै रही, ये समझ नहीं आ रही। हां लेकिन बहुत अच्छे गाया। बिल्कुल जैस्मिन जी, और जान तो पहला मैं दस दवा की मैं वैसे बेसिकली इंटरव्यू नहीं लग रही क्योंकि तुसी भी फैमिली मेंबर्स हो इधरों, मैं भी, मैं तो कह लो कि थोड़ी लाइक छोटी सिस्टर हां। बिल्कुल, बहुत वधिया लग रहा है। हां जी, क्योंकि सिग्नल आज अच्छा नहीं है, लेकिन आ दो चार दिन मैं जिन्हें भी जैस्मिन दे जिहड़े माय फेवरेट सॉन्ग्स ने तुहाडे नाल शेयर करन लगी हां फेसबुक ते, सो मेक श्योर करियो कि कमेंट दिओ, और स्पैशली जिहड़ी कुड़ियां ने उन्हां नूं कमेंट और प्यार की बहुत लोड़ हुंदी है, उन्हां नूं तुहाडे शेयर शेयर। और अज आशीर्वाद की चीज़ है जी, आशीर्वाद अजकल दे जमाने च इंटरनेट दे विच तुसीं लाइक कर दो, थम्सअप दे दो, तो कमेंट दे दो, तो यह तुहाडा प्यार और यह तुहाडा आशीर्वाद है। सो फेसबुक ते जाओ, यूट्यूब ते जाओ, इन्हां दे गाने सुनो और उन्हां नूं थम्सअप दो, और दसो कि तुसीं की सुनना पसंद करोगे। शी इज़ अ वर्सटाइल सिंगर, उन्होंने हर किस्म का रेशमा तो लैके उन्होंने सुनिधि चौहान तक गाया, तो मेरे ख्याल नाल इस तो ज़्यादा वर्सटैलिटी ईवन रिचा शर्मा नू गाया, और ये सब टफ सिंगर नू जिन्हें जिन्होंने अज इन्होंने गाया है वह सब टफ सिंगर ने, उन्होंने गाना बहुत मुश्किल है। सो मैं चाहवांगी कि तुसी जरूर जरूर सुनो क्योंकि बहुत अच्छी आवाज़ है, मैनूं लगता आने वाले कुछ सालों के कुड़ी धमाल पाएगी। सो लो जी, असं इजाजत लैने। जैस्मिन अख्तर जी बहुत बहुत शुक्रिया, बहुत बहुत थैंक यू साढ़े नाल जुड़न का। अपने खानदान का नाम बहुत अगे लेके जाएगी, अपने भैन भरावां का नाम भी बहुत अगे लेके जाएगी, साडी यही दुआ है। और एक बड़ी खास गल है कुलदीप की, हालांकि जो घर इन्ने सारे गाने वाले हो और एक तो एक तैयार हो, गुरलेज़ अख्तर और शहनाज़, तो शहनाज़ जी मैं परसनली बहुत फैन है। शहनाज़ अगर तुम देख रहे हो तो आई रियली रियली वॉन्ट टू सी यू लाइव। मौका अपन बहुत घट मिले एक दूजे को मिलन का, वो आप गल्लां बातां नहीं मारियां, लेकिन मैं बड़ी ख्वाहिश है कि तुहाडे नाल मैं मुलाकात करा क्योंकि मैं थोड़ी वॉइस टैक्सचर की बहुत फैन हाँ, क्योंकि मैंने थोड़े से झलकी आती है सुखविंदर सिंह की। सो आने वाली जनरेशन के तुसी सुखविंदर सिंह हो, तो मेरे मैसेज के थ्रू, इस मैसेज के थ्रू मैं तुम्हें मैसेज भी दे रही हूँ कि मेरे नाल जुड़ के रहो क्योंकि साढ़े नाल रहोगे तो ऐश करोगे। बाकी ये है कि अगले थर्सडे आप फिर मुलाकात करेंगे नवे आर्टिस्ट नाल, कोई ऐसे संगीतकार नाल जिहड़ा कि पुश्तानी गाँदा आ रहा। सो साडा काम यही है कि अच्छे संगीत अच्छे म्यूजिक नूं तुहानूं सामने लैके आईए। अरदास करांगे कि इंडिया जदों तो वैदर ठीक होवे, बिल्कुल साडा शो हुंदा हुंदा। हाँ, नहीं तां और माई टीवी का की पंगा जी, सानूं तां प्रॉब्लम ही नहीं, असीं तां सानूं क्वारंटीन ने सिखा दिता है कि हाउ टू बी अ टैक्नीशियन, हाउ टू बी अ कैमरामैन, हाउ टू बी अ लाइट मैन और म्यूजिक म्यूजिक वूमैन। मैन मैं सारे मैन मैन जिथे लगे ना उत्थे डबल्यू डबल्यू ई ऐड कर देना वूमैन, क्योंकि असीं कोशिश कर रहे हैं कि बड़ी इंपॉर्टेंट गल है जी, स्टूडियो साडा, टीवी साडा, एंकर असीं आ। सो जदों असीं हुण नैक्सट टाइम पता की करना, असीं वैदर चैक करके ना इंडिया का कि की वैदर है,
ਆਈ ਵਿਲ ਬੀ ਲਾਈਵ ਔਨ ਦੈਟ ਡੇ ਸੋ ਮੈਟਰ ਨਹੀਂ ਕਰੇਗਾ ਕਿ ਕਿਹੜਾ ਦਿਨ ਕਿਉਂਕਿ ਮੈਂ ਚਾਹੁੰਦੀ ਕਿ ਤੁਹਾਡੇ ਨਾਲ ਆਡੀਅੰਸ ਨਾਲ ਬੈਸਟ ਆਫ ਦੀ ਬੈਸਟ ਸਾਂਝੀ ਕੀਤੀ ਜਾਵੇ ਔਰ ਉਹ ਮਿਊਜ਼ਿਕ ਸਾਂਝਾ ਕੀਤਾ ਜਾਵੇ ਜਿਹੜੇ ਕਿ ਵਾਕਈ ਕੁਲਦੀਪ ਨੇ ਕਿਹਾ ਕਿ ਘਰਾਣੇ ਗਾਉਂਦੇ ਆ ਰਹੇ ਨੇ ਸਦੀਆਂ ਤੋਂ ਔਰ ਪੂਰਾ ਖਾਨਦਾਨ ਗਾਉਂਦਾ ਆ ਰਿਹਾ ਇਹ ਨਹੀਂ ਕਿ ਅੱਜ ਤੁਸੀਂ ਉੱਠ ਗਏ ਔਰ ਸਟਾਰ ਬਣ ਗਏ ਉਹ ਵੀ ਬਹੁਤ ਲੱਕ ਦੀ ਗੱਲ ਹੈ ਲੇਕਿਨ ਮੈਂ ਜਿਵੇਂ ਪਿਛਲੇ ਐਪੀਸੋਡ 'ਚ ਮੈਂ ਕਿਹਾ ਸੀਗਾ ਜਦੋਂ ਦਿਲਜਾਨ ਨਾਲ ਸਾਡੀ ਗੱਲ ਹੋਈ ਸੀ ਕਈ ਐਸੇ ਲੋਕ ਨੇ ਜਿਹੜੇ ਬਹੁਤ ਸ਼ਾਈ ਨੇ ਉਹ ਆਗੂ ਆ ਕੇ ਨਹੀਂ ਜ਼ਿਆਦਾ ਖਿੱਚ ਕਰਦੇ ਪਿੱਛ ਕਰਦੇ ਜਾਂ ਜ਼ਿਆਦਾ ਬੋਲ ਕੇ ਯੂਨੋ ਆਪਣਾ ਕੰਮ ਨਹੀਂ ਮੰਗਦੇ ਅਤੇ ਮੈਂ ਚਾਹਵਾਂਗੀ ਕਿ ਐਸੇ ਲੋਕਾਂ ਨੂੰ ਸਪੋਰਟ ਕੀਤਾ ਜਾਵੇ ਜਿਹੜੇ ਸ਼ਾਈ ਨੇ ਔਰ ਜਿਹੜੇ ਵਾਕਈ ਸੁਰਾਂ ਦੇ ਮਾਲਕ ਨੇ ਜਾਂ ਸੁਰ ਉਹਨਾਂ ਦੇ ਗਲੇ 'ਚ ਵੱਸਦੇ ਨੇ ਸਰਸਵਤੀ ਮਾਤਾ ਉਹਨਾਂ ਦੇ ਗਲੇ 'ਚ ਵੱਸਦੀ ਹੈ ਆਰਟ ਨੂੰ ਸਪੋਰਟ ਕੀਤਾ ਜਾਵੇ ਬਿਲਕੁਲ ਆਰਟਿਸਟ ਹੈ ਉਹਨੂੰ ਸਪੋਰਟ ਕਰੋ ਸੁਰੀਲੇ ਆਰਟਿਸਟ ਨੂੰ ਸਪੋਰਟ ਕਰੋ ਔਰ ਤੁਸੀਂ ਇੱਕ ਹੋਰ ਮੈਂ ਰਿਕੁਐਸਟ ਕਰਨਾ ਚਾਹਾਂਗੀ ਤੁਹਾਡੇ ਸਾਡੇ ਆਡੀਅੰਸ ਨੂੰ ਕਿ ਸਾਨੂੰ ਵੀ ਸਪੋਰਟ ਕਰੋ ਮੇਕ ਸ਼ੋਰ ਕਿ ਫੇਸਬੁੱਕ ਪੇਜ ਜਿਹੜਾ ਮਾਈ ਟੀ ਵੀ ਰੇਡੀਓ ਉਹਨੂੰ ਜਾ ਕੇ ਸਬਸਕ੍ਰਾਈਬ ਕਰੋ ਫੇਸਬੁੱਕ ਇਹ ਫੇਸਬੁੱਕ ਹੈ ਮਾਈ ਟੀ ਵੀ ਸੀ ਐਟ ਯੂ ਐੱਸ ਅਤੇ ਜਾਂ ਫਿਰ ਤੁਸੀਂ ਯੂਟਿਊਬ 'ਤੇ ਜਾ ਸਕਦੇ ਹੋ ਉਹਦਾ ਪੇਜ ਹੈਗਾ ਜੀ ਉਹਦਾ ਚੈਨਲ ਹੈਗਾ ਜੀ ਮਾਈ ਟੀ ਵੀ ਰੇਡੀਓ ਔਰ ਸਾਡੀ ਐਪ ਹੈਗੀ ਹੈ ਐਪ ਕਿੱਦਾਂ ਡਾਊਨਲੋਡ ਕਰ ਸਕਦੇ ਹੋ ਕੁਲਦੀਪ My TV radio type karo app apne aap samne aa rahi hai nahi main test karti rehni hai main keh soi na jave banda uthe hoya ki nahi so my tv radio ji free app hai ki hai pure world ch har thaan te chaldi hai ohnu download karo 24/7 gaane chalde ne oh ch te os de vich hi tv show ne so ek app do mazey apne apne requestan bhejo apne apne bio bhejo sanu sade kol bahut lambi list hai lekin assi list deny nahi kar rahe har oh artist tode samne aayega ਵਕਤ ਦੇ ਹਿਸਾਬ ਨਾਲ ਆਏਗਾ ਜੀ ਬਿਲਕੁਲ ਡਿਸਹਾਰਟਨ ਨਾ ਹੋ ਮੈਨੂੰ ਬੜੇ ਸਾਰੇ ਮੈਸੇਜ ਮੈਸੇਂਜਰ ਮੇਰਾ ਭਰਿਆ ਹੋਇਆ ਥੈਂਕ ਯੂ ਗਾਇਜ਼ ਫੋਰ ਲਵ ਐਂਡ ਸਪੋਰਟ ਤਹੇ ਦਿਲ ਤੋਂ ਥੈਂਕ ਯੂ ਵਿੱਚੋਂ ਕਈ ਤਾਂ ਬਹੁਤ ਹੀ ਵੱਡੇ ਵੱਡੇ ਘਰਾਣੇ ਨੇ ਲੇਕਿਨ ਕਿਉਂਕਿ ਆਲਰੇਡੀ ਪ੍ਰੋਗਰਾਮ ਜਿਹੜਾ ਇੱਕ ਮਹੀਨੇ ਵਾਸਤੇ ਅਸੀਂ ਲਾਈਨਅਪ ਕਰ ਲੈਂਦੇ ਹਾਂ ਐਵਰੀ ਵੀਕ ਕੁਛ ਨਾ ਕੁਛ ਅਸੀਂ ਲਾਈਨਅਪ ਕੀਤਾ ਹੁੰਦਾ ਕਿ ਇਸ ਹਫ਼ਤੇ ਆਹ ਆਰਟਿਸਟ ਆ ਰਹੇ ਇਸ ਹਫ਼ਤੇ ਆਹ ਆਰਟਿਸਟ ਆ ਰਹੇ ਸੋ ਡਿਸਹਾਰਟਨ ਨਾ ਹੋ ਤੁਸੀਂ ਕਤਾਰ 'ਚ ਹੀ ਹੋ ਬਣੇ ਰਹੋ ਅਗਰ ਕੋਈ ਵਾਰੀ ਕਈ ਆਰਟਿਸਟ ਅਨਅਵੇਲੇਬਲ ਹੁੰਦਾ ਹੈ ਜਾਂ ਉਹ ਲਾਈਵ ਨਹੀਂ ਆ ਪਾ ਰਿਹਾ ਉਸ ਡੇਟ ਨੂੰ ਤਾਂ ਕੈਂਸਲੇਸ਼ਨ ਦੇ ਵਿੱਚ ਤੁਹਾਡਾ ਨੰਬਰ ਆ ਸਕਦਾ ਹੈ ਸੋ ਡੋਂਟ ਬੀ ਡਿਸਹਾਰਟਨ ਉਮੀਦ ਪਰ ਦੁਨੀਆ ਕਾਇਮ ਹੈ ਬਸ ਇਹ ਔਰ ਮੈਂ ਦੱਸਦਾ ਜੀ ਕਿ ਸਾਡੇ ਜਿਹੜਾ ਮੈਸੇਂਜਰ ਨੇ ਕਿਉਂਕਿ 4-5 ਅਕਾਊਂਟ ਨੇ ਸਾਡੇ ਇੰਕਲੂਡ ਕੁਲਦੀਪ ਨੂੰ ਪਾ ਕੇ ਤਾਂ 10-15 ਹੀ ਬਣ ਜਾਂਦੇ ਆ ਕਿਉਂਕਿ ਪੇਜਿਸ ਵੀ ਨੇ ਉਹ 'ਚ ਗਰੁੱਪਸ ਵੀ ਨੇ ਅਤੇ ਸਾਡੇ ਜਿਹੜੇ ਮੈਸੇਜਿਸ ਨੇ ਉਹ ਸਾਡੀ ਇੰਡੀਆ ਟੀਮ ਹੈਂਡਲ ਕਰਦੀ ਹੈ ਮੈਸੇਜਿਸ ਚੈੱਕ ਕਰਨ ਲਈ ਕੋਈ ਬਹੁਤ ਇੰਪੋਰਟੈਂਟ ਮੈਸੇਜ ਹੋਵੇ ਅਤੇ ਜਾਂ ਕਦੀ ਕਦਾਰ ਵੰਸ ਇਨ ਦਾ ਵਾਇਲ ਮੈਂ ਫੇਸਬੁੱਕ ਦੇ ਮੈਸੇਜ ਚੈੱਕ ਕਰ ਲੈਂਦੀ ਹਾਂ ਕਿਉਂਕਿ ਬਹੁਤ ਮੁਸ਼ਕਿਲ ਹੁੰਦਾ ਹੈ ਸਾਰੇ ਮੈਸੇਜਿਸ ਨੂੰ ਜਵਾਬ ਦੇਣਾ ਬਹੁਤ ਟਫ ਹੈ ਫੈਮਿਲੀ ਲਾਈਫ ਨੂੰ ਵੀ ਹੈਂਡਲ ਕਰਨਾ ਔਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕੁਆਰੰਟੀਨ ਚੱਲ ਰਿਹਾ ਕੰਮ ਵਾਲੀਆਂ ਤਾਂ ਹੈ ਹੀ ਨਹੀਂ ਆਪਾਂ ਹੀ ਕੰਮ ਵਾਲੀਆਂ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਵਾਲੀਆਂ ਵੀ ਆਪਾਂ ਕੰਮ ਵਾਲੀਆਂ ਵੀ ਆਪਾਂ ਔਰ ਮੈਸੇਜਿਸ ਸਾਰੇ ਆਉਂਦੇ ਨੇ ਸਾਡੇ ਕੋਲ ਔਰ ਉਸ ਹਿਸਾਬ ਨਾਲ ਪਹਿਲਾਂ ਸਾਡਾ ਕਰੂ ਦੇਖਦਾ ਹੈਗਾ ਫਿਰ ਮੈਸੇਜ ਸਾਨੂੰ ਪ੍ਰੋਵਾਈਡ ਕਰਦਾ ਹੈ ਸੋ ਡੋਂਟ ਵਰੀ ਮੈਸੇਜ ਮਿਲ ਜਾਂਦਾ ਭਾਵੇਂ ਥੋੜ੍ਹਾ ਜਿਹਾ 2-4 ਦਿਨ ਲੇਟ ਹੋ ਜਾਵੇ ਪਰ ਮੈਸੇਜ ਮਿਲ ਜਾਂਦੇ ਆ ਸੋ ਡੋਂਟ ਵਰੀ ਕਿ ਇੱਦਾਂ ਨਾ ਸੋਚੋ ਕਿ ਇਗਨੋਰ ਹੋਏ ਹੋ ਤੁਸੀਂ ਇਗਨੋਰ ਬਿਲਕੁਲ ਨਹੀਂ ਹੋਏ ਕਿਉਂਕਿ ਵੀ ਆਰ ਮਿਊਜ਼ਿਕ ਲਵਰ ਅਤੇ ਸਾਡਾ ਕੰਮ ਹੈ ਜਿਵੇਂ ਜੋਰੀ ਦਾ ਕੰਮ ਹੈ ਹੀਰੇ ਨੂੰ ਪਛਾਣ ਲੈਣਾ ਉਹਨੇ ਪੱਥਰਾਂ ਦੇ ਵਿੱਚੋਂ ਹੀਰਾ ਲੱਭ ਲੈਣਾ ਕਿ ਆਹ ਹੀਰਾ ਜੀ ਸਾਡਾ ਕੰਮ ਹੈ ਕਿਉਂਕਿ ਮਿਊਜ਼ਿਕ ਘਰਾਣੇ ਤੋਂ ਬਿਲੋਂਗ ਕਰਦੇ ਆ ਦੋਨੋਂ ਅਤੇ ਸਾਡਾ ਕੰਮ ਹੈ ਅੱਛੇ ਸਿੰਗਰ ਨੂੰ ਕੱਢਣਾ ਚੁਣਨਾ ਅਤੇ ਤੁਹਾਡੇ ਸਾਹਮਣੇ ਪੇਸ਼ ਕਰਨਾ ਜਿਹੜੀ ਸਾਡੀ ਆਡੀਅੰਸ ਨੂੰ ਤੁਹਾਡੇ ਤੱਕ ਲੈ ਕੇ ਆਉਣਾ ਔਰ ਬਾਕੀ ਤੁਹਾਡੇ ਉੱਪਰ ਹੈ ਕਿ ਉਹਦਾ ਤੁਸੀਂ ਕਿਵੇਂ ਯੂਜ਼ ਕਰਦੇ ਹੋ ਬਿਲਕੁਲ ਸੋ ਲਓ ਜੀ ਇੰਨੀਆਂ ਗੱਲਾਂ ਬਾਤਾਂ ਨਾਲ ਇੱਕ ਵਾਰੀ ਫਿਰ ਤੁਹਾਡੇ ਤੋਂ ਮਾਫੀ ਚਾਹਾਂਗੇ ਕਿ ਅੱਜ ਇੰਟਰਨੈਟ ਨੇ ਸਾਥ ਨਹੀਂ ਦਿੱਤਾ ਲੇਕਿਨ ਬਹੁਤ ਬਹੁਤ ਥੈਂਕ ਯੂ ਜੈਸਮੀਨ ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਬਿਜ਼ੀ ਸਕੈਜੂਲ 'ਚੋਂ ਆਈ ਨੋ ਯੂ ਆਰ ਅ ਬਿਗ ਆਰਟਿਸਟ ਬਟ ਥੈਂਕ ਯੂ ਵੈਰੀ ਮਚ ਐਂਡ ਹੋਪਫੁਲੀ ਅਸੀਂ ਤੁਹਾਡੇ ਨਾਲ ਦੁਬਾਰਾ ਇੱਕ ਸ਼ੋਅ ਕਰਾਂਗੇ ਬਿਲਕੁਲ ਡੈਫੀਨੇਟਲੀ ਆਈ ਵਿਲ ਨਾਟ ਲੈਟ ਯੂ ਗੋ ਸੋ ਲਓ ਜੀ ਮੋਨੀ ਗਿੱਲ ਵੱਲੋਂ ਅਤੇ ਕੁਲਦੀਪ ਵੱਲੋਂ ਸਤਿ ਸ਼੍ਰੀ ਅਕਾਲ ਰੱਬ ਰਾਖਾ Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you.